ਆਪਾਂ ਨੂੰ ਦੇਖਦੇ ਸਾਰੇ ਭੈਣਾਂ ਭਰਾਵਾਂ ਬਜ਼ੁਰਗਾਂ ਮਾਤਾਵਾਂ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਵੇਲੇ ਆਪਾਂ ਕੀਨੀਆ ਦੇਸ਼ ਦੀ ਰਾਜਧਾਨੀ ਨੈਰੋਬੀ ਦੇ ਵਿੱਚ ਖੜ੍ਹੇ ਹਾਂ ਅਤੇ ਨੈਰੋਬੀ ਦੇ ਵਿੱਚ ਆ ਗੁਰਦੁਆਰਾ ਸਾਹਿਬ ਆ, ਗੁਰਦੁਆਰਾ ਨਾਨਕ ਸਰ, ਵੱਡੇ ਖੰਡੇ ਵਾਲਾ ਗੁਰਦੁਆਰਾ ਕਿਹਾ ਜਾਂਦਾ, ਵੱਡਾ ਖੰਡਾ ਬਣਿਆ ਹੋਇਆ। ਅਤੇ ਇੱਥੇ ਨੈਰੋਬੀ ਦੇ ਵਿੱਚ ਹੋਰ ਬਹੁਤ ਸਾਰੇ ਗੁਰਦੁਆਰੇ ਨੇ, ਅੱਜ ਉਹਨਾਂ ਨੂੰ ਦੇਖਾਂਗੇ। ਜਿਹੜੇ ਵੀਰ ਭਰਾ ਰਹਿੰਦੇ ਆ ਉਹਨਾਂ ਨੂੰ ਮਿਲਾਂਗੇ ਅਤੇ ਆਪਾਂ ਨੈਰੋਬੀ ਘੁੰਮਦੇ ਹਾਂ। ਅੱਜ ਤਰੀਕ 30 ਅਕਤੂਬਰ 2024। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ, ਅਤੇ ਲਾਈਕ ਜ਼ਰੂਰ ਕਰਿਓ, ਆਪਣੇ ਮਿੱਤਰਾਂ ਬੇਲੀਆਂ ਨਾਲ ਸਾਂਝੀ ਲਾਜ਼ਮੀ ਕਰਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਮੈਂ ਬਹੁਤ ਵਧੀਆ। ਤੁਸੀਂ ਹਿੰਦੀ ਪੰਜਾਬੀ ਸਿਖਾਈ ਹੋਈ ਬਾਈ ਹੁਣਾਂ ਨੂੰ? ਅੱਛਾ, ਇੰਨੀ ਕੁ ਬੋਲ ਲੈਂਦੇ ਨੇ? ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭੈਣੇ। ਅੱਛਾ, ਤੁਸੀਂ ਕਿੰਨੇ ਚਿਰ ਤੋਂ ਗੁਰਦੁਆਰਾ ਸਾਹਿਬ 'ਚ ਕੰਮ ਕਰ ਰਹੇ? 16 ਈਅਰਸ। 16 ਸਾਲ ਹੋ ਗਏ। ਓਕੇ, ਵਟਸ ਯੂਅਰ ਨੇਮ? ਲੋਰੀਅਨ। ਓਕੇ, ਥੈਂਕ ਯੂ, ਨਾਈਸ ਟੂ ਮੀਟ ਯੂ ਲੋਰੀਅਨ। ਥੈਂਕ ਯੂ, ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਇਹ ਉਹ ਬਸ ਇੰਨੀ ਕੁ ਪੰਜਾਬੀ ਇਹ ਜਾਣਦੇ ਆ। ਨੈਰੋਬੀ ਦੇ ਵਿੱਚ ਸਭ ਤੋਂ ਪੁਰਾਣਾ ਗੁਰਦੁਆਰਾ ਲਾਂਡੀਆ, ਵੈਸੇ ਕੀਨੀਆ ਦੇ ਵਿੱਚ ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਉਹ ਸ਼ਾਇਦ ਮੰਬਾਸਾ ਦੇ ਵਿੱਚ ਆ, ਜਾਂ ਮਕਿੰਦੂ ਸਾਹਿਬ ਆ। ਮਕਿੰਦੂ ਸਾਹਿਬ 1897 ਦੇ ਵਿੱਚ ਬਣਿਆ, ਇਹੀ ਨਾ ਬਾਪੂ ਜੀ? ਹਾਂਜੀ। ਅਤੇ ਹੁਣ ਆਪਾਂ ਲਾਂਡੀਆ ਗੁਰਦੁਆਰਾ ਸਾਹਿਬ ਵੱਲ ਚੱਲਦੇ ਹਾਂ। ਹਾਂਜੀ, ਅਤੇ ਬਾਪੂ ਜੀ ਮੇਰੇ ਨਾਲ ਨੇ। ਬਾਪੂ ਜੀ ਦੱਸਿਓ ਆਪਣੇ ਬਾਰੇ। ਹਾਂਜੀ, ਮੈਂ ਸਤਨਾਮ ਸਿੰਘ ਸੀਰਾ ਜੀ। ਠੀਕ ਹੈ ਜੀ। ਅਸੀਂ ਇੱਥੇ, ਮੈਂ ਆਇਆ ਸੀ 1983 ਦੇ ਵਿੱਚ, ਅਤੇ ਇੱਥੇ ਹੁਣ ਸੈਟਲ ਹੋ ਗਏ ਹਾਂ, ਬੱਚੇ ਵੀ ਇੱਥੇ ਹੀ ਆ। ਠੀਕ ਹੈ ਜੀ। ਅਤੇ ਬਿਜ਼ਨਸ ਵੀ ਹੁਣ ਇੱਥੇ ਚੱਲੇ, ਬੱਚੇ ਸੰਭਾਲ ਰਹੇ ਆ ਬਿਜ਼ਨਸ ਹੁਣ। ਹਾਂਜੀ। ਅੱਛਾ, ਤੁਸੀਂ 1983 ਦੇ ਵਿੱਚ ਆਏ ਹੋ? ਨਹੀਂ, 83 'ਚ। ਹਾਂ, 1983 ਦੇ ਵਿੱਚ ਦੇ ਵਿੱਚ ਆਏ। ਠੀਕ ਹੈ ਜੀ। ਕਿੰਨਾ ਰਿਹਾ ਤਜਰਬਾ ਇਸ ਦੇਸ਼ ਦਾ ਹੁਣ ਤੱਕ ਦਾ ਜੀ? ਠੀਕ ਰਿਹਾ ਜੀ, ਗੁਰੂ ਮਹਾਰਾਜ ਦੀ ਮਿਹਰ ਆ, ਬਸ ਕਿਰਪਾ ਜੀ ਸਾਰੇ। ਠੀਕ ਹੈ ਜੀ। ਹਾਂਜੀ, ਪਹਿਲਾਂ ਕੰਮ ਕੀਤਾ ਹੈ ਨਾ ਆਪਣੇ, ਮੇਰੇ ਬਜ਼ਨਲਰ ਹੋਣੀ ਜੀਜਾ ਜੀ ਇੱਥੇ, ਉਹਨਾਂ ਦੇ ਨਾਲ ਕੰਮ ਕੀਤਾ, ਫਿਰ ਆਪਣਾ ਬਿਜ਼ਨਸ ਖੋਲ੍ਹਿਆ। ਹਾਂਜੀ, ਗੁਰੂ ਮਹਾਰਾਜ ਦੀ ਕਿਰਪਾ ਜੀ। ਚਲੋ, ਬਹੁਤ ਵਧੀਆ ਜੀ। ਇੱਥੇ ਇਹਦੇ ਕੀਨੀਆ ਦੇ ਵਿੱਚ ਕੁੱਲ ਕਿੰਨੇ ਕੁ ਸਿੱਖ ਹੈਗੇ ਜਿਹੜੇ ਪਰਿਵਾਰ ਵਸੇ ਹੋਏ ਆ ਜੀ, ਪਤਾ ਕੋਈ ਇਸ ਬਾਰੇ ਕੋਈ ਅੰਦਾਜ਼ਾ? ਨਾ, ਤਾਂ ਨਹੀਂ ਅੰਦਾਜ਼ਾ ਹੈਗਾ। ਚਲੋ, ਪਹਿਲਾਂ ਤਾਂ ਕਾਫੀ ਸੀਗੇ, ਹੁਣ 5-6 ਹਜ਼ਾਰ ਦੀ ਤਾਂ ਆਬਾਦੀ ਹੋਏਗੀ। ਇੰਨੀ 5-6 ਹਜ਼ਾਰ ਸਾਰੇ ਕੀਨੀਆ ਦੇ ਵਿੱਚ? ਕੀਨੀਆ 'ਚ ਇੰਨੀ ਕੁ ਆਬਾਦੀ, ਕਿਉਂਕਿ ਬੰਦੇ ਕਾਫੀ ਜਿਹੜੇ ਛੋਟੇ ਟੋਨੋ ਉੱਚੋਂ ਵੀ ਬੰਦੇ ਕਾਫੀ ਨੈਰੋਬੀ ਨੂੰ ਆ ਗਏ ਜੀ। ਜਿੱਦਾਂ ਤੁਸੀਂ ਨਯੂਕੀ ਗਏ ਸੀ, ਦੇਖਿਆ ਤੁਸੀਂ ਇੱਕ ਫੈਮਿਲੀ ਆ, ਨੇਰੀ ਵੀ ਇੱਦਾਂ, ਦੂਜੇ ਟਾਊਨਾਂ ਦੇ ਵਿੱਚ ਵੀ ਕਾਫੀ ਬੰਦੇ ਘੱਟ ਗਏ ਆਪਣੇ ਆਪ ਨਾਲ। ਹਾਂ, ਇੱਕ ਚੀਜ਼ ਨਾ ਮੈਂ ਨੋਟ ਕੀਤੀ ਆ, ਤੁਸੀਂ ਵੀ ਵੇਖਿਆ ਹੁਣ ਆਪਣੀ ਵੀਡੀਓ ਨੂੰ, ਜਿਹੜੇ ਵੀਰ ਭਰਾ ਲਗਾਤਾਰ ਦੇਖਦੇ ਆ, ਆਪਾਂ ਨੂੰ ਬਜ਼ੁਰਗ ਬਹੁਤ ਮਿਲਦੇ ਆ ਅਤੇ ਮੁੰਡੇ ਘੱਟ ਮਿਲਦੇ ਨੇ। ਹਾਂਜੀ, ਬੰਦੇ, ਹਾਂ ਮੈਂ ਦੇਖਿਆ ਬਾਪੂ ਜੀ ਕਿ ਉਹਨਾਂ ਦੇ ਜਿਹੜੀਆਂ, ਜਿਵੇਂ ਆਪਣੇ ਪੰਜਾਬ 'ਚ ਵੀ ਨਵੇਂ ਜਵਾਕ ਬਾਹਰਲੇ ਦੇਸ਼ਾਂ ਨੂੰ ਜਾਂਦੇ ਆ, ਦੂਜਿਆਂ ਦੇਸ਼ਾਂ ਨੂੰ ਜਿਵੇਂ ਕੈਨੇਡਾ, ਆਸਟ੍ਰੇਲੀਆ, ਜਿੱਥੇ ਕਿਤੇ ਵੀ ਚੱਲ ਜਾਂਦੇ ਆ, ਉਸੇ ਤਰ੍ਹਾਂ ਇੱਥੇ ਵੀ ਬਾਪੂ ਹੁਣਾਂ ਦੇ, ਚੱਲ ਬੱਚੇ ਇੱਥੇ ਆ, ਪਰ ਬਹੁਤਿਆਂ ਨੇ ਮੈਂ ਦੇਖਿਆ ਵੀ ਬੱਚੇ ਹੋਰ ਦੇਸ਼ਾਂ ਵੱਲ ਚਲੇ ਗਏ ਪੜ੍ਹਾਈ ਕਰਨ ਲਈ ਜਾਂ ਆਪਦੇ ਕਾਰੋਬਾਰਾਂ ਲਈ। ਅਤੇ ਕੁਛ ਇਹੋ ਜਿਹੇ ਵੀ ਵੇਖਿਆ ਵੀ ਜਿਹੜੇ ਆਪਣੇ ਬੰਦੇ ਜਿਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਆ, ਅਤੇ ਪਰ ਇਸ ਦੇਸ਼ ਦੇ ਵਿੱਚ ਰਹਿ ਕੇ ਉਹ ਕੰਮ ਕਰ ਰਹੇ ਨੇ। ਹਾਂਜੀ, ਇਵੇਂ ਹੈ ਨਾ ਬਾਪੂ ਜੀ? ਹਾਂਜੀ ਹਾਂਜੀ। ਅਤੇ ਕਈ ਬੱਚੇ ਇਹਨਾਂ ਦੇ ਆਪਣੇ, ਜਿੱਦਾਂ ਤੁਸੀਂ ਗੱਲ ਕੀਤੀ ਬਜ਼ੁਰਗਾਂ ਦੇ, ਬੱਚੇ ਬਾਹਰ ਚਲ ਗਏ ਆ, ਇੰਗਲੈਂਡ ਚਲ ਗਿਆ, ਆਸਟ੍ਰੇਲੀਆ, ਉੱਥੇ ਸੈਟਲ ਹੋ ਗਏ, ਉਹ ਵਾਪਸ ਆਉਣ ਨੂੰ ਤਿਆਰ ਨਹੀਂ ਆ ਹੁਣ। ਹਾਂ ਹਾਂਜੀ, ਸਹੀ ਹੈ। ਬਾਕੀ ਵੱਡੀ ਸਿਫਤ ਇੱਥੋਂ ਦੇ ਬੰਦੇ ਇੱਥੋਂ ਦੇ ਮੌਸਮ ਦੀ ਕਰਦੇ ਹੁੰਦੇ ਆ, ਜਿਵੇਂ ਹੁਣ ਜਿਹੜਾ ਰੁੱਤ ਆ, ਹੁਣ ਅਕਤੂਬਰ ਮਹੀਨਾ ਚੱਲਦਾ, ਇਹ ਇੱਥੋਂ ਦੀ ਗਰਮੀ ਆ। ਗਰਮੀ ਆ, ਹਾਂਜੀ, ਇਹ ਇੱਥੋਂ ਦੀ ਗਰਮੀ ਆ, ਅਤੇ ਗਰਮੀ ਦੇ ਵਿੱਚ ਤਾਪਮਾਨ ਹੁਣ ਦੁਪਹਿਰ ਵੇਲੇ ਦਾ 23 ਡਿਗਰੀ ਆ। ਹਾਂਜੀ, ਅਤੇ ਜੂਨ ਜੁਲਾਈ ਜਿਹੜਾ ਉਹ ਇਹਨਾਂ ਦੀ ਠੰਡ ਹੁੰਦੀ ਆ, ਅਤੇ ਉਦੋਂ ਜਿਹੜਾ ਤਾਪਮਾਨ ਦੇਣ ਵੇਲੇ ਕਿੰਨਾ ਕੁ ਹੁੰਦਾ ਬਾਪੂ ਜੀ? ਦਿਨ ਮਤਲਬ 20-22 ਵੀ ਪਹੁੰਚ ਜਾਂਦਾ, ਬਸ ਫਿਰ ਬਰਾਬਰ ਹੀ ਰਹਿੰਦਾ, ਬਸ ਇੰਨਾ ਬਰਾਬਰ ਹੀ ਰਹਿੰਦਾ। ਨੈਰੋਬੀ ਦਾ ਵੈਦਰ ਉਹਦਾ ਸੇਮ ਹੀ ਰਹਿੰਦਾ, ਥੋੜ੍ਹਾ ਜਿਹਾ ਹੌਟ ਹੋ ਜਾਂਦਾ ਕਦੀ ਕਦੀ ਇੱਦਾਂ, ਸੇਮ ਹੀ ਰਹਿੰਦਾ। ਅਤੇ ਇਹ ਸ਼ਹਿਰ ਦਾ ਜਿਹੜਾ ਐਲਟੀਟਿਊਡ ਆ ਸਮੁੰਦਰ ਤਲ ਤੋਂ ਉਚਾਈ ਲਗਭਗ 1500 ਮੀਟਰ ਦਾ ਗੇੜ ਆ, ਤਾਂ ਕਰਕੇ ਇੱਥੇ ਤਾਪਮਾਨ ਇਹੋ ਜਿਹਾ ਰਹਿੰਦਾ। ਹਾਂਜੀ, ਨੈਰੋਬੀ ਦੇ ਵਿੱਚ ਕੋਈ ਬਹੁਤੀਆਂ ਜ਼ਿਆਦੀਆਂ ਉੱਚੀਆਂ ਬਿਲਡਿੰਗਾਂ ਹੈ ਨਹੀਂ, ਜਿਵੇਂ ਆਪਾਂ ਅਰਬ ਦੇਸ਼ਾਂ ਦੇ ਵਿੱਚ ਘੁੰਮਦਿਆਂ ਦੇਖਦੇ ਹਾਂ, ਇੱਥੇ ਇੰਨੀਆਂ ਕੁ ਨੇ ਜਿਹੜੀਆਂ ਇਸ ਵੇਲੇ ਆਪਣੇ ਸਾਹਮਣੇ ਆ। ਹਾਂ, ਇਹੀ ਹੈ ਜੀ। ਅਤੇ ਆਹ ਇੱਕ ਹਾਈਵੇ ਕੱਢਿਆ ਹੋਇਆ ਐਕਸਪ੍ਰੈਸ, ਇਮੀਗ੍ਰੇਸ਼ਨ ਬਿਲਡਿੰਗ ਹੈ ਜੀ। ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੀ ਬਿਲਡਿੰਗ। ਠੀਕ ਹੈ ਜੀ, ਠੀਕ ਹੈ। ਦੇਸ਼ ਨੈਰੋਬੀ ਘੁੰਮਦੇ, ਦੇਸ਼ ਕੀਨੀਆ ਘੁੰਮਦੇ ਫਿਰਦੇ ਆਪਾਂ ਇੱਕ ਜਗ੍ਹਾ 'ਤੇ ਆਏ ਹਾਂ, ਅਤੇ ਕੰਧ 'ਤੇ ਕੁਛ ਤਸਵੀਰਾਂ ਟੰਗੀਆਂ ਹੋਈਆਂ ਨੇ, ਮੇਜ਼ 'ਤੇ ਬਹੁਤ ਸਾਰੀਆਂ ਤਸਵੀਰਾਂ ਪਈਆਂ ਨੇ ਪੁਰਾਣੀਆਂ, ਜਦੋਂ
ਇੱਥੇ ਇਹ ਬਾਪੂ ਹੁਣੀ ਕੰਮ ਕਰਦੇ ਰਹੇ ਆ। ਬਾਪੂ ਜੀ ਆਪਣੇ ਬਾਰੇ ਦੱਸਿਓ ਤੁਸੀਂ। ਹਾਂਜੀ ਮੈਂ ਜ਼ਰੂਰ ਆਪਣੇ ਇੰਡੀਆ ਤੋਂ 1951 'ਚ ਆਇਆ। ਆਪਣਾ ਨਾਂ ਨਹੀਂ ਦੱਸਿਆ। ਮੇਰਾ ਨਾਮ ਰੇਸ਼ਮ ਸਿੰਘ ਵਿਰਦੀ ਜੀ। ਹਾਂਜੀ ਅਸੀਂ ਇੰਡੀਆ ਤੋਂ ਪੰਜਾਬ 'ਚੋਂ 51 'ਚ ਅਸੀਂ ਆਏ ਹਾਂ ਇੱਥੇ। ਉਸ ਟਾਈਮ ਪਾਣੀ ਵਾਲੇ ਜਹਾਜ਼ ਸੀਗੇ, ਏਅਰ ਨਹੀਂ ਸੀਗਾ। ਅਸੀਂ ਪਾਣੀ ਜਹਾਜ਼ ਕੰਪਾਲਾ ਜਹਾਜ਼ 'ਚੋਂ ਨਿਕਲ ਕੇ 11ਵੇਂ ਦਿਨ ਪਹੁੰਚੇ ਮੁੰਬਾਸੀ ਆ ਕੇ। ਮੁੰਬਾਸੀਓਂ ਉੱਥੇ ਰਾਤ ਰਾਹੀਂ ਹੋਟਲਾਂ 'ਚ ਆਪਣੇ ਗੁਰਦੁਆਰੇ ਸਿੰਘ ਸਭਾ, ਉੱਥੋਂ ਫਿਰ ਆਏ ਟ੍ਰੇਨ 'ਚ। ਟ੍ਰੇਨ 'ਚ ਲੱਗਦੇ ਸੀ ਡੇਢ ਦਿਨ, ਸ਼ਾਮ ਨੂੰ ਬਹਿ ਕੇ ਦੋ ਸੁਬਾਹ ਪਹੁੰਚੇ ਨੈਰੋਬੀ। ਠੀਕ ਹੈ। ਨੈਰੋਬੀ ਆ ਕੇ ਇੱਥੇ ਪੜ੍ਹਾਈ ਕੀਤੀ ਆਪਣੀ, ਸਕੂਲ 'ਚ ਪੜ੍ਹੇ ਹਾਂ, ਪੜ੍ਹ ਕੇ ਆਪਣੀ ਪੜ੍ਹਾਈ ਕਰਕੇ ਫਿਰ ਸਾਡੇ ਫਾਦਰ ਹੋਣੀ 36 ਇੱਥੇ ਆਏ ਆ। ਠੀਕ। ਉਹਨਾਂ ਸਾਨੂੰ ਵੀਜ਼ਾ ਭੇਜਿਆ ਤਾਂ ਇੱਥੇ ਅਸੀਂ ਆਏ ਹਾਂ। ਇੱਥੇ ਆ ਕੇ ਪੜ੍ਹਾਈ ਕੀਤੀ ਆ, ਫਿਰ ਅਸੀਂ ਕੰਮ ਅਪ੍ਰੈਂਟਿਸ ਦਾ ਕੰਮ ਕੀਤਾ। ਅਪ੍ਰੈਂਟਿਸ ਦਾ ਉਹ ਤਨਖਾਹ ਕਿੰਨੀ ਸੀ? 75 ਸ਼ਿਲਿੰਗ। 75 ਸ਼ਿਲਿੰਗ ਪ੍ਰਤੀ ਮਹੀਨੇ ਦੀ ਮਿਲਦੀ ਸੀ, ਮਹੀਨੇ ਦੀ ਜੀ। ਓਕੇ। ਅਸੀਂ ਫਿਰ ਉਸ ਟਾਈਮ ਕੰਮ ਕੀਤਾ ਚਿੱਟੀ ਕੰਪਨੀ 'ਚ, ਹਿਊਜ਼ ਲਿਮਿਟਡ, ਜਿਹੜੇ ਫੋਰਡ ਦੇ ਏਜੰਟ ਸੀਗੇ ਜੀ। ਉੱਥੇ ਕੰਮ ਕੀਤਾ, ਇਲੈਕਟ੍ਰੀਕਲ ਦਾ ਕੰਮ ਕੀਤਾ। ਉਹ ਤੋਂ ਛੱਡ ਕੇ ਫਿਰ 58 'ਚ ਫਿਰ ਮੈਂ ਆਪਣੀ ਕੰਪਨੀ ਸੀ ਕਾਲਡ ਹੀਟ ਐਕਸਚੇਂਜਰਸ, JF ਮਕਲਾਏ ਉਹ ਐਮ ਡਾਇਰੈਕਟਰ ਸੀ ਕੰਪਨੀ ਦਾ। ਉਦੋਂ ਕੰਮ ਨਾਲ ਇਕੱਠੇ ਕੰਮ ਕੀਤਾ ਸੀ। ਕੰਮ ਕਰਕੇ ਫਿਰ ਉਦੋਂ ਬਾਅਦ ਉਹਦੇ ਕੋਲ ਮੈਂ 20-25 ਸਾਲ ਕੰਮ ਕੀਤਾ ਮਕਲਾਏ ਕੋਲ। ਫਿਰ ਉਹਨੂੰ ਪੈਰ ਪੋਲੀਆ ਹੋ ਗਿਆ, ਫਿਰ ਅਸੀਂ ਆਪਣਾ ਕੰਮ ਸ਼ੁਰੂ ਕੀਤਾ। ਉਹ ਮੁਕਲਾਏ ਦੇ ਇੱਕ ਗੱਲ ਸੀਗੀ ਕਿ ਰੇਸ਼ਮ ਤੂੰ ਮੇਰੇ ਨਾਲ ਆ ਤਾਂ ਰਿਹਾ, ਤੇਰੇ ਕੋਲ ਪੈਸੇ ਹੈਗੇ ਆ? ਮੈਂ ਕਿਹਾ ਪੈਸੇ ਨਹੀਂ, ਮੇਰੇ ਕੋਲ ਦੋ ਹੱਥ ਹੈਗੇ ਆ। ਕੀ ਬਾਤ ਹੈ! ਦੋ ਹੱਥ ਨਾਲ ਕੰਮ ਕਰਾਂਗੇ ਆਪਾਂ। ਅਸੀਂ ਫਿਰ ਕੰਮ ਸ਼ੁਰੂ ਕੀਤਾ 4000 ਸ਼ਿਲਿੰਗ ਨਾਲ। ਠੀਕ ਹੈ। 4 ਨਾਲ ਸ਼ੁਰੂ ਕੀਤਾ, ਸਾਡੇ ਕੋਲ 4 ਬੰਦੇ ਸੀ ਕੰਮ ਕਰਨ ਵਾਲੇ। ਫਿਰ ਮੁਕਲਾਏ ਨੂੰ ਪੋਲੀਆ ਸੀਗਾ, 6 ਮਹੀਨਿਆਂ ਬਾਅਦ ਮੁਕਲਾਏ ਗਿਆ ਮੁੰਬਾਸੇ, ਉਹਦੀ ਲੱਤ ਠੀਕ ਹੋ ਗਈ, ਬਾਬੇ ਦੀ ਕੀਤੀ, ਉਹਦਾ ਭਰੋਸਾ ਸੀ। ਫਿਰ ਅਸੀਂ ਕੰਮ ਸ਼ੁਰੂ ਕਰ ਲਿਆ ਆਪਣੇ ਚਾਹ ਦੀ, ਆਪਣੀ ਕੌਫੀ ਦੀਆਂ ਮਸ਼ੀਨਾਂ। ਕੌਫੀ ਵਿੱਚ ਹਾਫ ਜਿਹੜੀ ਕਿੰਨੀ ਕਹਿਣੀ ਆ, ਸਾਰੀ ਕੌਫੀ ਮਸ਼ੀਨਾਂ ਮੁਕਲਾਏ ਨੇ ਬਣਾਈਆਂ, ਫਸਟ ਇਨ ਕੀਨੀਆ, ਫਸਟ ਇਨ ਕੀਨੀਆ। ਫਿਰ ਉਸ ਤੋਂ ਬਾਅਦ ਮੁਕਲਾਏ ਕਹਿੰਦਾ ਆਪਾਂ ਇਹਦਾ ਕੰਮ ਹੋਰ ਸ਼ੁਰੂ ਕਰੀਏ, ਵੀ ਸਟਾਰਟ ਮੇਕਿੰਗ ਟ੍ਰੇਲਰਸ, ਹੈਵੀ ਟ੍ਰੇਲਰਸ, 30 ਟਨ ਅਪ ਟੂ 120 ਟਨ ਲੋ ਲੋਡਰਸ, ਅਸੀਂ ਉਹ ਸ਼ੁਰੂ ਕੀਤੇ ਆ। ਉਹ ਤੋਂ ਫਿਰ ਕਾਮਯਾਬ ਹੁੰਦੇ ਹੁੰਦੇ ਫਿਰ ਅਸੀਂ ਕੰਮ ਹੋਰ ਵਿੱਚੋਂ ਮਹੀਨੇ ਕੰਮ ਕੀਤੇ, ਪੈਟਰੋਲ ਟੈਂਕ ਬਣਾਏ, ਬੋਡੀਆਂ ਬਣਾਈਆਂ। ਫਿਰ ਮੁਕਲਾਏ ਕਹਿੰਦਾ ਨਹੀਂ ਰੇਸ਼ਮ ਆਹ ਕੰਮ ਛੱਡ, ਲੈਟਸ ਮੇਕ ਟੀ ਮਸ਼ੀਨਰੀ। ਅਸੀਂ ਫਿਰ ਟੀ ਮਸ਼ੀਨਰੀ ਸਟਾਰਟ ਕੀਤੀ, ਹੈ ਨਾ। ਉਹ ਟੀ ਉਸ ਐਕਸਪੈਰੀਮੈਂਟ ਕੀਤਾ, ਸਾਨੂੰ ਪੂਰਾ ਸਾਲ ਲੱਗ ਗਿਆ ਐਕਸਪੈਰੀਮੈਂਟ। ਇੱਥੋਂ 25 ਮੀਲ 'ਤੇ ਜਾਂਦੇ ਸੀਗੇ ਚੈੱਕ ਕਰਨ ਵਾਸਤੇ, ਫਿਰ ਲਿਆਉਣੀ ਵਾਪਸ, ਫਿਰ ਚੈੱਕ ਕਰਨਾ ਕਰਨਾ। ਸਾਲ ਬਾਅਦ ਅੱਜ ਉਹ ਮਸ਼ੀਨ ਜਿਹੜੀ ਟੀ ਦੀ ਮਸ਼ੀਨ ਆ, ਦੁਨੀਆ 'ਚ ਨੰਬਰ 1 ਆ ਜੀ। ਵੀ ਆਰ 20 ਈਅਰ ਅਹੈਡ ਦਿਨ ਇੰਡੀਆ ਜੀ 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 ਓਕੇ। ਉਹ ਵੀ ਬਾਬੇ ਦੀ ਕਿਰਪਾ, ਮੁਕਲਾਏ ਨਾਲ ਰਿਹਾ ਮੇਰੇ, ਅਸੀਂ ਇਕੱਠਿਆਂ ਨੇ ਕੰਮ ਕੀਤਾ। ਅੱਜ ਤੱਕ ਮੁਕਲਾਏ ਹੁਣ ਵੀ ਹੈਗਾ, ਲੇਕਿਨ ਉਹ ਨੰਜੋ ਕੀ ਆ, ਉਹ ਮੇਰਾ ਪਾਰਟਨਰ ਨਹੀਂ, ਪਾਰਟਨਰ ਫਿਰ ਆਲਟੇਕ ਦਾ ਕੰਪਨੀ ਮੁਕਲਾਏ ਜੀ। ਫਿਰ ਮੈਂ ਉਦੋਂ ਬਾਅਦ ਆਪਣੇ ਭਰਾ ਨਾਲ ਲੈ ਆਉਂਦੇ, ਪਰ ਵੱਡਾ ਭਰਾ ਆਉਂਦਾ ਛੋਟਾ ਭਰਾ ਗਿਆ। ਫਿਰ ਅਸੀਂ ਕੰਮ ਹੋਰ ਟੀ ਮਸ਼ੀਨਰੀ ਜਾ ਚਲੇ ਗਏ। ਹੁਣ ਇੰਨੀਆਂ ਮਸ਼ੀਨਾਂ, ਹਾਫ ਦਾ ਵਰਲਡ ਮਾਰਕੀਟ ਮੁਕਲਾਏ ਦੀ ਟੀ ਮਸ਼ੀਨਰੀ ਆ। ਠੀਕ ਹੈ। ਜਿਹੜੇ ਅਸੀਂ ਟ੍ਰੇਲਰ ਬਣਾਉਂਦੇ ਉਹ ਛੱਡ ਦਿੱਤੇ ਆ 100% ਟੀ 'ਚ। ਦੈਨ ਮੇਰਾ ਲੜਕਾ ਮੇਰੇ ਨਾਲ ਆ ਗਿਆ, ਲੜਕੇ ਬਾਅਦ ਨੌਣ ਬਾਈ ਗ੍ਰੈਂਡ ਸਨ ਆ ਗਏ ਮੇਰੇ ਨਾਲ, ਨੌਣ ਵੀ ਆ, ਜਿੱਦਾਂ ਵੀ ਇਸ ਵੇਲੇ ਕੰਮ ਚੱਲ ਰਿਹਾ। ਮੈਂ ਬਾਪੂ ਹੁਣਾਂ ਦੀ ਗੱਲ ਦੇ ਵਿੱਚੋਂ ਗੱਲ ਥੋੜ੍ਹੀ ਜਿਹੀ ਰੁਕਦਾ। ਬਾਪੂ ਜੀ, ਉਹ ਤੁਹਾਡੇ ਬਾਪੂ ਜੀ ਦੀ ਫੋਟੋ ਥੱਲੇ ਫਾਜ਼ ਹੋਣੀ ਆ। ਓਕੇ। ਤੁਹਾਡੇ ਨਾਲ ਚਾਚਾ ਜੀ, ਸਾਡੇ ਅੰਕਲ ਆ ਸਾਡੇ। ਓਕੇ। ਅਤੇ ਜਿੰਨੀਆਂ ਬਾਪੂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਉਹ ਗੱਲਾਂ ਇਸ ਗੱਲ ਨਾਲ ਜੁੜਦੀਆਂ ਕਿ ਪਹਿਲਾਂ ਇਸ ਦੇਸ਼ ਦੇ ਵਿੱਚ ਆ ਕੇ ਇਹਨਾਂ ਨੇ ਆਹ ਕੰਮ ਕੀਤਾ, ਜਿਵੇਂ ਟਰੱਕਾਂ ਦੀਆਂ ਬਾਡੀਆਂ ਬਣਾਉਣੀਆਂ, ਆਹ ਬਾਡੀਆਂ ਬਣਾਉਣੀਆਂ, ਇੱਕ ਥੱਲੇ ਜਿਹੜੀ ਇੱਕ ਵੱਡੀ ਮਿੱਲ ਬਣੀ ਹੋਈ ਇਹਨਾਂ ਦੀ, ਜਿਹੜਾ ਇੰਡਸਟਰੀ ਖੜ੍ਹੀ ਕੀਤੀ ਆ, ਉਹ ਜਦੋਂ ਸ਼ੁਰੂ ਕੀਤੀ ਹੈ ਤਾਂ ਆਹ ਉਦੋਂ ਦੀਆਂ ਤਸਵੀਰਾਂ ਨੇ। ਮੈਨੂੰ ਇੱਕ ਗੱਲ ਸੋਹਣੀ ਇੱਥੋਂ ਦੇ ਕੀਨੀਆਂ ਦੇ ਸਿੱਖਾਂ ਦੀ ਇਹ ਲੱਗੀ ਵੀ ਇਹਨਾਂ ਨੇ ਆਪਦਾ ਇਤਿਹਾਸ ਬਹੁਤ ਸਾਂਭ ਕੇ ਰੱਖਿਆ ਹੋਇਆ। ਬਾਪੂ ਉਹਨਾਂ ਨੇ ਮੇਜ਼ ਦਾ ਦਰਾਜ ਖੋਲ੍ਹਿਆ ਅਤੇ ਇੰਨੀਆਂ ਸਾਰੀਆਂ ਫੋਟੋਆਂ ਕੱਢ ਕੇ ਮੇਰੇ ਸਾਹਮਣੇ ਰੱਖਤੀਆਂ ਕਿ ਅਸੀਂ ਇੱਥੋਂ ਐਂ ਸ਼ੁਰੂ ਹੋਏ ਸੀ, ਟਰੱਕਾਂ ਦੀਆਂ ਬਾਡੀਆਂ ਬਣਾਉਂਦੇ ਬਣਾਉਂਦੇ ਚਾਹ ਪ੍ਰੋਸੈਸਿੰਗ ਪਲਾਂਟ ਉਹ ਮਸ਼ੀਨਾਂ ਬਣਾਉਣੀਆਂ ਸ਼ੁਰੂ ਕੀਤੀਆਂ, ਅਤੇ ਉਹ ਮਸ਼ੀਨਾਂ ਕਿੱਥੇ ਨੇ ਇਹ ਆਪਾਂ ਥੱਲੇ ਜਾ ਕੇ ਦੇਖਦੇ ਹਾਂ। ਬਾਪੂ ਉਹਨਾਂ ਦੀ ਗੱਲ ਦੇ ਵਿੱਚ ਇਹਨਾਂ ਨੇ ਇੱਕ ਮੁਕਲਾਏ ਦਾ ਜ਼ਿਕਰ ਕੀਤਾ ਸੀ। ਮੁਕਲਾਏ ਇੱਕ ਅੰਗਰੇਜ਼ ਸੀ ਅਤੇ ਜਿਨ੍ਹਾਂ ਨਾਲ ਇਹਨਾਂ ਦੀ ਯਾਰੀ ਸੀ। ਪਹਿਲਾਂ ਉਹਨਾਂ ਕੋਲ ਕੰਮ ਕਰਦੇ ਰਹੇ, ਫਿਰ ਉਹਨਾਂ ਨੂੰ ਬਿਜ਼ਨਸ ਪਾਰਟਨਰ ਬਣੇ ਇਹ। 34 ਸਾਲ ਬਾਪੂ ਹੁਣੀ ਅਤੇ ਇਹ ਅੰਗਰੇਜ਼ ਮੁਕਲਾਏ, ਇਹਨਾਂ ਨੇ ਇਕੱਠਿਆਂ ਕੰਮ ਕੀਤਾ ਦੇਸ਼ ਕੀਨੀਆਂ ਦੇ ਵਿੱਚ। ਅਤੇ ਆਹ ਉਦੋਂ ਦੀਆਂ ਪੁਰਾਣੀਆਂ ਫੋਟੋਆਂ ਨੇ, ਜਿੰਨੇ ਵੀ ਚਿਹਰੇ ਆ ਸਿੱਖਾਂ ਦੇ ਸਕਾਊਟਸ, ਸਿੱਖ ਸਕਾਊਟਸ, ਪੱਗਾਂ ਬੰਨੀਆਂ ਹੋਈਆਂ ਨੇ ਬਹੁਤਿਆਂ ਦੀ। 1955 ਦੀਆਂ ਫੋਟੋਆਂ ਨੇ ਇਹ। ਚਲੋ ਬਾਪੂ ਜੀ, ਆਪਾਂ ਥੱਲੇ ਨੂੰ ਚੱਲਦੇ ਹਾਂ। ਆਓ ਜੀ, ਥੱਲੇ ਜਾ ਕੇ ਆਪਾਂ ਆਹ ਕੁਛ ਦੇਖਾਂਗੇ ਜਿਹੜੀ ਇੰਡਸਟਰੀ ਇਸ ਵੇਲੇ ਆਪਾਂ ਸਕਰੀਨ 'ਤੇ ਦੇਖ ਰਹੇ ਹਾਂ। ਇਸ ਵੇਲੇ ਆਪਣੇ ਫਰੇਮ ਦੇ ਵਿੱਚ 3 ਪੀੜ੍ਹੀਆਂ ਖੜ੍ਹੀਆਂ ਨੇ।
ਦਾਦਾ ਪੁੱਤ ਤੇ ਪੋਤਾ ਇਹ ਬਾਪੂ ਜੀ ਹੁਣਾਂ ਦੀ ਵਰਕਸ਼ਾਪ ਆ ਉੱਤੇ ਜਿਹੜੀਆਂ ਆਪਾਂ ਫੋਟੋਆਂ ਦੇਖਦੇ ਸੀ ਜਦੋਂ ਇਹ ਬਣਾਉਣਾ ਸ਼ੁਰੂ ਕੀਤਾ ਤਾਂ ਉਹ ਕੁਛ ਸੀਗਾ ਅਤੇ ਇੱਥੇ ਕੀ ਬਣਦਾ ਚਾਹ ਪ੍ਰੋਸੈਸਿੰਗ ਪਲਾਂਟ ਹੁੰਦੇ ਜਿਹੜੀ ਚਾਹ ਪੱਤੀ ਆ ਉਹਦੀਆਂ ਗਾਹਾਂ ਮਸ਼ੀਨਾਂ ਬਣਦੀਆਂ ਨੇ ਅਤੇ ਇਹ ਮਸ਼ੀਨਾਂ ਹੋਰ ਦੇਸ਼ਾਂ ਨੂੰ ਭੇਜਦੇ ਆ ਬਾਪੂ ਜੀ ਤੁਸੀਂ ਉਹ ਗੱਲ ਦੱਸਿਓ ਵੀ ਸਭ ਤੋਂ ਪਹਿਲਾਂ ਇਹ ਦੇਸ਼ ਦੇ ਵਿੱਚ ਕਿਹੜੇ ਸਿੱਖ ਆਏ ਸੀਗੇ ਸਿੱਖ ਪਹਿਲਾਂ ਲਾਹੌਰ ਵਾਲੇ ਆਏ ਪਹਿਲਾਂ ਲਾਹੌਰ ਵਾਲੇ ਆਏ ਫਿਰ ਆਇਆ ਅੰਮ੍ਰਿਤਸਰ ਫਿਰ ਆਇਆ ਆਪਣਾ ਹੁਸ਼ਿਆਰਪੁਰ ਠੀਕ ਹੈ ਜਲੰਧਰੀਏ ਉਹ ਤੋਂ ਬਾਅਦ ਲੁਧਿਆਣੀ ਆਏ ਆ ਠੀਕ ਹੈ ਜੀ ਠੀਕ ਅੱਛਾ ਇਹ ਤੁਹਾਡੇ ਇੱਕ ਮਿੰਟ ਫੋਨ ਮਾਈਕ ਦਿਓ ਬਾਈ ਹੁਣਾਂ ਨੂੰ ਮਾੜੀ ਜਾਣ ਪਛਾਣ ਇਹਨਾਂ ਨਾਲ ਕਰ ਲੈਂਦੇ ਹਾਂ ਬਸ ਐਵੇਂ ਵੀਰੇ ਹੱਥ 'ਚ ਫੜ ਲਿਓ ਹੱਥ 'ਚ ਫੜ ਲਿਓ ਨੇੜੇ ਰੱਖ ਲਿਓ ਥੋੜ੍ਹਾ ਜਿਹਾ ਓਕੇ ਜੀ ਆਪਣੇ ਨਾਂ ਦੱਸਿਓ ਮੇਰਾ ਨਾਮ ਹਰਕੇਵਲ ਸਿੰਘ ਬਿਰਦੀ ਜੀ ਵੀਰੇ ਉੱਦਾਂ ਮੈਨੂੰ ਸਾਰੇ ਰਾਜੂ ਦੇ ਨਾਮ ਨਾਲ ਜਾਣਦੇ ਆ ਠੀਕ ਹੈ ਜੀ ਅਤੇ ਰਾਜੂ ਮੇਰਾ ਨਿਕਲਿਆ ਮੈਂ ਮੇਰੀ ਦਾਦੀ ਨੇ ਰੱਖਿਆ ਸੀ ਠੀਕ ਹੈ ਜੀ ਉਹ ਮੈਂ ਕੈਰੀ ਫੋਰਡ ਕਰ ਰਿਹਾ ਮੇਰੇ ਸਾਡੇ ਬਿਜ਼ਨਸ ਸਾਰਿਆਂ ਦੇ ਤੁਹਾਡਾ ਜਨਮ ਇਸ ਦੇਸ਼ ਦਾ ਮੇਰਾ ਇਸ ਜਨਮ ਬੋਨ ਹੇਅਰ ਬੋਟ ਆਫ ਇੱਥੇ ਸਾਰਾ ਮੈਂ ਜਨਮ ਸਾਡਾ ਇੱਥੇ ਦਾ ਸਾਡੇ ਡੈਡ ਇੰਡੀਆ ਤੋਂ ਆਏ ਸੀਗੇ ਬਾਕੀ ਸਾਡੀ ਸਾਰੀ ਫੈਮਿਲੀ ਇੱਥੇ ਹੈ ਠੀਕ ਹੈ ਜੀ ਹਾਂਜੀ ਓਕੇ ਅਤੇ ਬਾਈ ਹੁਣਾਂ ਨੂੰ ਫੜਾਇਓ ਹਾਂ ਦੱਸੋ ਵੀਰੇ ਤੁਹਾਡੇ ਬਾਰੇ ਤੁਹਾਡੀ ਪੜ੍ਹਾਈ ਬਾਰੇ ਦੱਸੋ ਤੁਹਾਡਾ ਨਾਂ ਦੱਸਿਓ ਮੇਰਾ ਨਾਮ ਅਮਰਦੀਪ ਸਿੰਘ ਜੀ ਇੱਥੇ ਜੰਮਿਆ ਹੋਇਆ ਪਰ ਇੱਥੇ ਪੜ੍ਹ ਕੇ ਫਿਰ ਯੂਨੀਵਰਸਿਟੀ ਯੂਕੇ ਦੇ ਵਿੱਚ ਜਾ ਕੇ ਪੜ੍ਹਿਆ ਮੈਂ ਹੁਣ ਵਾਪਸ ਆਇਆ ਸਟ੍ਰਕਚਰ ਇੰਜੀਨੀਅਰ ਕਰ ਕੇ ਜੁਆਇਨ ਦ ਕੰਪਨੀ ਨੇ ਓਕੇ 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 ਹੁਣ ਤੁਸੀਂ ਇੱਥੇ ਬਜ਼ੁਰਗਾਂ ਨਾਲ ਇੱਥੇ ਕੰਮ ਕਰਦੇ ਹੋ ਹਾਂਜੀ ਠੀਕ ਹੈ ਧੰਨਵਾਦ ਵੀਰੇ ਥੈਂਕ ਯੂ ਜੀ ਅੱਛਾ ਦੂਜਾ ਬਾਈ ਠੀਕ ਹੈ ਚਲੋ ਬਾਪੂ ਜੀ ਹੁਣ ਆਪਾਂ ਤੁਹਾਡਾ ਇੰਡਸਟਰੀ ਦੇਖਦੇ ਹਾਂ ਮੋਟਾ ਮੋਟਾ ਗੇੜਾ ਦਿੰਦੇ ਹਾਂ ਤੁਸੀਂ ਨਾ ਇੱਕ ਮਾਈਕ ਨੇੜੇ ਰੱਖਿਓ ਕਿਉਂਕਿ ਉਧਰ ਖੜਕਾ ਜ਼ਿਆਦਾ ਹੁੰਦਾ ਫਿਰ ਆਪਾਂ ਨੂੰ ਸੁਣਨਾ ਨਹੀਂ ਹਾਂ ਇੱਧਰ ਆ ਜਾਓ ਪਹਿਲਾਂ ਇੱਧਰ ਆਪਣੀ ਮਸ਼ੀਨ ਸ਼ੋਪ ਆ ਗਈ ਆ ਜਿੱਥੇ ਆਪਣੇ ਸਾਰੇ ਪੱਖੇ ਬਣਦੇ ਆ ਆਪਣੇ ਸਾਰੇ ਬਣਦੇ ਪੱਖੇ ਸ਼ਾਫਟਾਂ ਪੁਲੀਆਂ ਸਾਰੀਆਂ ਇੱਥੇ ਬਣਦੀਆਂ ਅਸੀਂ ਬਾਹਰੋਂ ਚੀਜ਼ ਕੋਈ ਨਹੀਂ ਮੰਗਾਉਂਦੇ ਬਾਹਰੋਂ ਪਹਿਲੇ ਅਸੀਂ ਇਲੈਕਟ੍ਰਿਕ ਮੋਟਰ ਮੰਗਾਉਂਦੇ ਹਾਂ ਠੀਕ ਹੈ ਸਭ ਬਾਕੀ ਲੋਕਲ ਆ ਇੱਥੇ ਮੇਰੇ ਬੰਦੇ 20 ਬੰਦੇ ਕੰਮ ਕਰਦੇ ਆ ਲੇਥ ਮਸ਼ੀਨਾਂ 'ਤੇ ਮੈਨੂੰ ਅਤੇ ਦੋ ਆਪਣੇ ਦੋਸਤ ਕੰਮ ਕਰਦੇ ਆ ਜਿਹਦਾ ਇੰਚਾਰਜ ਮਸ਼ੀਨ ਸ਼ੋਪ ਨੇ ਬਾਕੀ ਸਭ ਕੁਝ ਲੋਕਲ ਬਣਦਾ ਇੱਥੇ ਮੈਨੂੰ ਇੱਕ ਇਹ ਦੱਸੋ ਬਾਪੂ ਜੀ ਜਿਹੜੇ ਤੁਹਾਡੇ ਇੱਥੇ ਮੁਲਾਜ਼ਮ ਆ ਅਫਰੀਕਾ ਦੇ ਜ਼ਿਆਦਾਤਰ ਆ ਜਾਂ ਏਸ਼ੀਅਨ ਨੇੜੇ ਰੱਖਿਓ ਮਾੜਾ ਜੀ ਸਾਰੇ ਇੱਥੇ ਦੇ ਬੰਦੇ ਆ ਆਪਣੇ ਇੰਡੀਆ ਦੇ ਦੋ ਬੰਦੇ ਆ ਜਿਹੜੇ ਲੁਕ ਜਿਹੜੇ ਫੋਰਮੈਨ ਆ ਬਾਕੀ ਸਭ ਲੋਕਲ ਆ ਹੁਣ ਪੂਰੀ ਟ੍ਰੇਨ ਬੰਦੇ ਹੋ ਗਏ ਆ ਕੰਮ ਜਾਣਦੇ ਆ ਹੁਣ ਸੋਹਣਾ ਕੰਮ ਕਰਨ ਲੱਗ ਉਹ ਸਾਰਾ ਕੰਮ ਸਿੱਖਣ ਨੇ ਸਿਖਾ ਲਿਆ ਹਰੇਕ ਬੋਡੀ 'ਚ ਕੰਟਰੈਕਟਰ 'ਚ ਬਿਲਡਿੰਗਾਂ 'ਚ ਸਿੱਖਣ ਕੀਤੇ ਸਾਰੇ ਬੰਦੇ ਜੋ ਬੰਦੇ ਰੇਲਵੇ 'ਚ ਆਏ ਆ ਉਹਨਾਂ ਗਾਂ ਟ੍ਰੇਨ ਕੀਤੇ ਬੰਦੇ ਇਸ ਵੇਲੇ ਆਪਣੇ ਇੱਥੇ ਲੋਕਲ ਜਿਹੜੀ ਆਪਣੀ ਲੇਬਰ ਆ ਉਹ ਕੰਮ ਕਰ ਰਹੀ ਆ ਠੀਕ ਹੈ ਜੀ ਓਕੇ ਜੀ ਅੱਛਾ ਅਤੇ ਇੱਕ ਤੁਸੀਂ ਇਹ ਦੱਸੋ ਵੀ ਤੁਸੀਂ ਪਹਿਲਾਂ ਕਰਦੇ ਸੀ ਟਰੱਕਾਂ ਦੀਆਂ ਬਾਡੀਆਂ ਬਣਾਉਣ ਦਾ ਪਹਿਲਾਂ ਅਸੀਂ ਆਏ ਹਾਂ ਪਹਿਲਾਂ ਅਸੀਂ ਕੌਫੀ ਦੀ ਮਸ਼ੀਨਾਂ ਸ਼ੁਰੂ ਜੀ ਨੇੜੇ ਰੱਖੇ ਥੋੜ੍ਹਾ ਬਾਪੂ ਜੀ ਪਹਿਲਾਂ ਕੌਫੀ ਦੀ ਮਸ਼ੀਨਾਂ ਸ਼ੁਰੂ ਕੀਤੀਆਂ ਸੀ ਉਹ ਕਰਕੇ ਉਦੋਂ ਬਾਅਦ ਕਾਮਯਾਬ ਹੋ ਗਏ ਫਿਰ ਅਸੀਂ ਟੇਲਰ ਸ਼ੁਰੂ ਕਰਤੇ 50 ਟਨ ਦੇ 120 ਟਨ ਦੇ ਟੇਲਰ ਲਗਾਉਣੇ ਸ਼ੁਰੂ ਕਰਤੇ ਉਹ ਛੱਡ ਕੇ ਫਿਰ ਅਸੀਂ ਚਾਹ ਦੀ ਮਸ਼ੀਨਾਂ 'ਚ ਆ ਗਏ ਉਹ ਕੀਤਾ ਐਕਸਪੈਰੀਮੈਂਟ 25 ਮਿਲ ਜਾਣਾ ਜਗੀਰ ਨੇ ਕੰਮ ਕਰਕੇ ਆ ਜਾਣਾ ਫਿਰ ਜਾਣਾ ਫਿਰ ਆ ਜਾਣਾ ਸਾਲ ਬਾਅਦ ਅਸੀਂ ਕਾਮਯਾਬ ਹੋਏ ਉਹ ਲੋਕਲ ਮਸ਼ੀਨ ਦੀ ਅੱਜ ਸਾਡੀ ਮਸ਼ੀਨ ਬੈਸਟ ਇਨ ਦਾ ਵਰਲਡ ਵੀ ਆਰ 15-20 ਸਾਲ ਅੱਧੇ ਇੰਡੀਆ ਨਾਲੋਂ ਅਸੀਂ ਇਸ ਵੇਲੇ ਸਾਡੀ ਚਾਹ ਦੀ ਮਸ਼ੀਨਾਂ ਅਰਜਨਟੀਨਾ ਐਕਵਾਡੋਰ ਆਪਣੇ ਨਾਈਜੀਰੀਆ ਇੰਡੀਆ ਅਸਾਮ ਆਪਣੇ ਸਰਵਤ ਚਾਹ ਰਹੀਆਂ ਇੱਥੇ ਅਫਰੀਕਾ ਕੰਟਰੀ 'ਚ ਆਪਣੇ ਕੈਨੇਡਾ ਯੁਗੰਡਾ ਰਵਾਂਡਾ ਬਰੂੰਡੀ ਸਾਊਥ ਅਫਰੀਕਾ ਮਰੇਸ਼ੀਅਸ ਬਾਪੂ ਜੀ ਨਾਲੇ ਗੱਲਾਂ ਕਰਦੇ ਜਾਂਦੇ ਆ ਤੇ ਜਿਹੜੇ ਉਹ ਟਰੱਕ ਖੜੇ ਨੇ ਇਹ ਜਿਹੜੇ ਇੱਥੇ ਮਸ਼ੀਨਰੀ ਬਣਾਉਂਦੇ ਆ ਆ ਟੇਲਰ ਰਿਪੇਅਰ ਕਰਨ ਵਾਸਤੇ ਆਏ ਆ ਉਹ ਤੇ ਨਵਾਂ ਬਣਿਆ ਉਹ ਸਾਡਾ ਆਪਣਾ ਬਣਿਆ ਕਿਉਂਕਿ ਟੇਲਰ ਬਣਾਉਂਦੇ ਸੀ ਠੀਕ ਹੈ ਜੀ ਰਿਪੇਅਰ ਵੀ ਕਰਦੇ ਆ ਟੇਲਰ ਸਾਰੇ ਓਕੇ ਠੀਕ ਹੈ ਜੀ ਉਹ ਤੇ ਚਾਹ ਦੇ ਵਿੱਚ ਹਾਂ ਇੱਧਰਲੇ ਪਾਸੇ ਲੈਫਟ ਹੈਂਡ ਸਾਈਡ ਤੇ ਸਾਡੀ ਹੈਗੀ ਜਨਰਲ ਵਰਕਸ਼ਾਪ ਇੱਥੇ ਜਨਰਲ ਕੰਮ ਕਰਦੇ ਹਾਂ ਕੋਈ ਕੰਮ ਵੀ ਹੋਵੇ ਇੰਜੀਨੀਅਰਿੰਗ ਦਾ ਵੈਂਟੀਲੇਸ਼ਨ ਦਾ ਏਅਰ ਕੰਡੀਸ਼ਨ ਦਾ ਸਾਰੇ ਕੰਮ ਇੱਥੇ ਕਰਦੇ ਅਸੀਂ ਆਪ ਔਰ ਲੋਕ ਸਾਰੀ ਸਟਾਫ ਹੈਗਾ ਲੋਕਲ ਆ ਸਾਰਾ ਲੋਕਲ ਸਟਾਫ ਹੈ ਇੱਕੋ ਫੋਰਮੈਨ ਆਪਣਾ ਜਿਹੜਾ ਹੈਗਾ ਬਾਕੀ ਪੱਖੇ ਬਣਦੇ ਆਪਣੇ ਸਾਰੇ ਆਹ ਪੱਖੇ ਹੈਗੇ ਆ ਸਾਰੀ ਇਹਦਾ ਕੰਮ ਲੋਕਲ
बापू जी ताड़ी गल दे विच गल है, एक मैं ये पुछदा जिहड़े इत्थे मैं वेखी जांदा बहुत सारे इत्थों दे वीर भरा काम करी जांदे ने, इत्थे बंदे सारे इन्हां दी एलिजिबिलिटी की हुंदी आ, काबिलियत की हुंदी आ? जद आउंदा ना काम ते इहनां काम उदों आउंदा नहीं हुंदा, पढ़ाई कीती हुंदी आ, पढ़ाई कीती हुंदी आ, फिर असीं ट्रेन करदे आ ਤਾਂ ਕਿ ਅੱਜ ਤੋਂ ਅੱਜ ਕੰਮ ਹੋਰ ਦੇਖ ਤਾ ਕੱਲ ਨੂੰ ਕੰਮ ਹੋਰ ਤਾ ਰਾਜੂ ਤੂੰ ਗੱਲ ਕਰ ਜੀ ਅਸੀਂ ਅਸੀਂ ਐਕਚੁਅਲੀ ਟ੍ਰੇਨਿੰਗ ਦੇ ਦੀ ਸਾਰਿਆਂ ਨੂੰ ਹਾਂਜੀ ਜਿੰਨੇ ਵੀ ਇੱਥੇ ਹੈਗੇ ਆ ਅਸੀਂ ਟ੍ਰੇਨ ਕੀਤਾ ਸਾਰਿਆਂ ਨੂੰ ਬਾਈ ਜੀ ਨੇੜੇ ਰੱਖਿਓ ਹਾਂਜੀ ਅਸੀਂ ਪੜਾਉਂਦੇ ਵੀ ਆ ਨਾਲ ਜੀ ਮਤਲਬ ਪੜਾ ਕੇ ਅਸੀਂ ਕੰਮ ਵੀ ਕਰਾਉਂਦੇ ਆ ਸਾਰਿਆਂ ਨੂੰ ਸਿਖਾਉਂਦੇ ਵੀ ਆ ਐਟ ਦ ਸੇਮ ਟਾਈਮ ਠੀਕ ਆ ਪਹਿਲਾਂ ਤੁਸੀਂ ਲਿਆਉਣੇ ਆ ਫਿਰ ਸਿਖਾਉਣੇ ਆ ਫਿਰ ਕੰਮ ਕਰਦੇ ਨੇ ਉਹਨਾਂ ਦੇ ਪੱਕੇ ਤੁਸੀਂ ਦੇਖ ਰਹੇ ਸੀਗੇ ਅਸੀਂ 12 ਇੰਚ ਡਾਇਮੀਟਰ ਤੋਂ ਲੈ ਕੇ 48 ਇੰਚ ਤੱਕ ਡਾਇਮੀਟਰ ਦੇ ਪੱਖੇ ਬਣਾਏ ਦੇ ਆ ਸਟਾਰਟਿੰਗ ਫਰੋਮ 500 CFM ਟੂ 39,000 CFM ਸਾਰਾ ਓਕੇ ਬਾਈ ਹੁਣੀ ਤੁਹਾਡੀ ਪੜ੍ਹਾਈ ਦੱਸਿਓ ਮੇਰੀ ਪੜ੍ਹਾਈ ਮਕੈਨੀਕਲ ਇੰਜੀਨੀਅਰ ਹੈ ਹਾਂ ਮਕੈਨੀਕਲ ਇੰਜੀਨੀਅਰ ਨੇ ਤਾਂ ਵਾਕਈ ਜਿਹੜੀ ਇਹ ਗੱਲ ਕਰਨਗੇ ਥੋੜ੍ਹੀ ਟੈਕਨੀਕਲੀ ਹੋਊਗੀ ਟੈਕਨੀਕਲ ਯੂਜ਼ ਕਰ ਰਿਹਾ ਹਾਂ ਤੁਸੀਂ ਉਹ ਕੀ ਦੱਸਦੇ ਸੀ ਕਿਊਬਿਕ ਇਹਦੇ ਹਵਾ ਦਾ ਦਬਾਅ ਕੀ ਹੁੰਦਾ ਇਹਦਾ ਕਿਊਬਿਕ ਫੀਟ ਚਾਹੁੰਦਾ ਇਹਨਾਂ ਦਾ ਜਾਂ ਮੀਟਰ ਕਿਊਬਿਕ ਪਰ ਸੈਕਿੰਡ ਸੋ ਅਸੀਂ ਦੇ ਰਹੇ ਹਾਂ 500 ਕਿਊਬਿਕ ਫੀਟ ਪਰ ਮਿੰਟ ਅਪ ਟੂ 29,000 to 30,000 ਕਿਊਬਿਕ ਫੀਟ ਪਰ ਮਿੰਟ ਓਕੇ ਸਾਰਾ ਅਸੀਂ ਕਰੀਦਾ ਓਕੇ ਹੁਣ ਜੇ ਤੁਸੀਂ ਚੀਜ਼ ਦੇਖ ਰਹੇ ਹਾਂ ਇਹ ਬੰਦੇ ਯੂਰਪ ਤੋਂ ਜਾਂ ਇੰਡੀਆ ਤੋਂ ਇੰਪੋਰਟ ਕਰਦੇ ਆ ਸੈਂਟਰੀਫਿਊਗਲ ਫੈਨਸ ਤੇ ਸਾਰਾ ਕੁਝ ਜੀ ਅਸੀਂ ਇੱਥੇ ਆਪ ਲੋਕਲ ਬਣਾਉਂਦੇ ਹਾਂ ਸਾਰੇ ਲੋਕਲ ਬਣਾ ਕੇ ਅਸੀਂ ਲੋਕਲੀ ਡਿਸਟ੍ਰੀਬਿਊਟ ਕਰਦੇ ਕਈ ਮਸ਼ੀਨਾਂ 'ਚ ਅਸੀਂ ਬਾਹਰ ਵੀ ਸਪਲਾਈ ਕਰੀਦੇ ਆ ਉਹ ਡਿਪੈਂਡ ਕਰਦਾ ਉਹਨਾਂ ਦੀ ਐਪਲੀਕੇਸ਼ਨ ਕੀ ਆ ਉਹ ਕਾਹਦੇ ਵਾਸਤੇ ਯੂਜ਼ ਕਰਨਾ ਚਾਹੁੰਦੇ ਆ ਠੀਕ ਹੈ ਠੀਕ ਹੈ ਹੁਣ ਇੱਥੇ ਜੋ ਤੁਸੀਂ ਦੇਖ ਰਹੇ ਆ ਇਹ ਬਾਕਸ ਜਿਹਾ ਰੈਕਟੈਂਗੂਲਰ ਇਹ ਡਸਟ ਕਲੈਕਟਰ ਆ ਹਾਈ ਪ੍ਰੈਸ਼ਰਾਈਜ਼ਡ ਡਸਟ ਕਲੈਕਟਰ ਓਕੇ ਜੀ ਅਤੇ ਓਏ ਅੱਗੇ ਸਾਡੇ ਅਸੀਂ ਹੀਟ ਐਕਸਚੇਂਜ ਪਿੱਛੇ ਸਾਡੀ ਫੈਨ ਅਸੈਂਬਲੀ ਹੈ ਤੁਸੀਂ ਪਿੱਛੇ ਦੇਖ ਰਹੇ ਹੋ ਪੱਖੇ ਦਿਸਦੇ ਐਲਮੀਨੀਅਮ ਫੈਬਰੀਕੇਟਡ ਸਾਰੇ ਜੀ ਉਹ ਹੈ ਸਾਰੇ ਠੀਕ ਹੈ ਬਾਈ ਜੀ ਠੀਕ ਹੈ ਹਾਂਜੀ ਫਿਰ ਅਸੀਂ ਇਹ ਬੋਡੀ ਬਣਾਉਂਦੇ ਹਾਂ ਸਪੈਸ਼ਲ ਆਰਡਰ ਸਟਰਕਚਰ ਬਣਾਇਆ ਅਸੀਂ ਉਹਦਾ ਸਾਈਲੋ ਵਾਸਤੇ ਸਾਈਲੋ ਦਾ ਸਾਈਲੋ ਵਾਸਤੇ ਠੀਕ ਹੈ ਜੀ ਇੱਧਰ ਜੇ ਤੁਸੀਂ ਦੇਖ ਰਹੇ ਹਾਂ ਰਿੰਗਸ ਪਏ ਆ ਰਾਊਂਡ ਜਿਹੜੇ ਰਿੰਗਸ ਨਹੀਂ ਆ ਸਾਈਲੋਜ਼ ਆ ਜਿਹ 'ਚ ਵਾਟਰ ਪਰੂਫਿੰਗ ਸੀਮੈਂਟ ਅਸੀਂ ਸਾਈਲੋ ਬਣਾ ਰਹੇ ਸਾਰਾ ਇਹਨਾਂ ਦਾ ਠੀਕ ਹੈ ਜੀ ਆਹ ਸਾਰਾ ਅਸੈਂਬਲ ਕਰਨਾ ਹੁਣ ਅਸੀਂ ਡਿਸਮੈਂਟਲ ਕੀਤਾ ਹੈ ਸਾਰਾ ਠੀਕ ਹੈ ਜੀ ਆ ਜਾਓ ਜੀ ਇੱਧਰਲੇ ਪਾਸੇ ਆਪਾਂ ਜਿਹੜਾ ਦੇਖਿਆ ਇਹ ਪੱਖੇ ਬਣਾਏ ਹੋਏ ਨੇ ਜਾਂ ਮੈਂ ਦੇਖਿਆ ਪਹਿਲਾਂ ਬੈਲਟਾਂ ਗਰਾਰੀਆਂ ਉਹ ਸਾਰਾ ਕੁਝ ਇਹ ਆਪਦਾ ਆਪ ਤਿਆਰ ਕਰਦੇ ਉਹ ਕਿਸੇ ਟਰੱਕ ਦੀ ਇੱਕ ਵੱਡੀ ਬਾਡੀ ਬਣਾਈ ਜਾਂਦੇ ਨੇ ਹਾਲਾਂਕਿ ਉਹ ਬਣਾਉਂਦੇ ਨੇ ਕਹਿੰਦੇ ਕਿਸੇ ਮਿੱਤਰ ਦਾ ਆਰਡਰ ਸੀ ਅਤੇ ਅਸੀਂ ਤਾਂ ਬਣਾ ਰਹੇ ਹਾਂ ਇੱਧਰਲੇ ਪਾਸੇ ਆਪਾਂ ਉਹ ਕੁਝ ਦੇਖਦੇ ਹਾਂ ਅਸਾਮ ਘੁੰਮਦੇ ਹਾਂ ਅਸਾਮ ਦੇ ਵਿੱਚ ਚਾਹ ਦੀ ਖੇਤੀ ਹੁੰਦੀ ਹੈ ਅਤੇ ਚਾਹ ਦੇ ਪ੍ਰੋਸੈਸਿੰਗ ਪਲਾਂਟ ਹੁੰਦੇ ਆ ਸੀ ਟੀ ਸੀ ਚਾਹ ਹੁੰਦੀ ਹੈ ਜਿਹੜੀ ਕੀ ਹੁੰਦਾ ਬਾਈ ਜੀ ਉਹਦਾ ਫੁੱਲ ਫਾਰਮ ਕੀ ਹੁੰਦੀ ਆ ਕੱਟ ਟੀਅਰ ਕਰਲ ਕਰਲ ਹਾਂ ਸੀ ਟੀ ਸੀ ਚਾਹ ਹੁੰਦੀ ਹੈ ਜਿਹੜੀ ਸੀ ਟੀ ਸੀ ਚਾਹ ਉਹੀ ਜਿਹੜੀ ਆਮ ਆਪਣੇ ਘਰਾਂ 'ਚ ਪੀਤੀ ਜਾਂਦੀ ਹੈ ਉਹ ਸੀ ਟੀ ਸੀ ਚਾਹ ਜਿਹੜੀ ਆਪਣੇ ਕੰਮ ਆਮ ਆਪਣੇ ਘਰਾਂ 'ਚ ਯੂਜ਼ ਕਰਦੇ ਅਸੀਂ ਜੀ ਬਾਈ ਅੱਛਾ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਸਾਡੀ ਕਹਿੰਦੇ ਆ CFU ਕੰਟੀਨਿਊਸ ਫਰਮੈਂਟੇਸ਼ਨ ਮਸ਼ੀਨ ਦਿਖਾ ਰਹੇ ਆ ਇਹ ਹੁਣ ਸਾਡਾ ਆਰਡਰ ਹੈ ਸਾਡੀ ਟੀ ਫੈਕਟਰੀ ਵਾਸਤੇ ਠੀਕ ਹੈ ਜੀ ਹਾਂਜੀ ਅਤੇ ਇਹਦੀ ਨਾ ਵੀਰੇ ਆਪਾਂ ਜਿਹੜੀ ਗੱਲ ਕਰਾਂਗੇ ਆਪਾਂ ਮੋਟੀ ਮੋਟੀ 'ਚ ਰੱਖ ਲਾਂਗੇ ਬੜਾ ਸੰਖੇਪ ਜੀ ਇਹਦੇ ਜਦੋਂ ਚਾਹ ਨੂੰ ਕੱਟ ਕੇ ਸੀ ਟੀ ਸੀ 'ਚੋਂ ਨਿਕਲਦੀ ਆ ਸਿੱਧੀ ਇਹ 'ਚ ਆਉਂਦੀ ਹੈ ਐਫ ਅਬਾਊਟ ਅੱਧਾ ਘੰਟਾ ਡੇਢ ਘੰਟਾ ਫਰਮੈਂਟੇਸ਼ਨ ਹੁੰਦੀ ਹੈ ਉਹਨੂੰ ਠੰਡੀ ਕਰਦੇ ਚਾਹ ਨੂੰ ਕਿ ਜਦੋਂ ਚਾਹ ਕੱਟਦੇ ਆ ਉਹਦਾ ਟੈਂਪਰੇਚਰ ਬਹੁਤ ਉੱਪਰ ਚਲ ਜਾਂਦਾ ਸੋ ਇਹ ਉਹਨੂੰ ਠੰਡੀ ਕਰਦੇ ਆ ਅਤੇ ਜਦੋਂ ਤਿਆਰ ਹੁੰਦੀ ਹੈ ਮਸ਼ੀਨ 'ਚ ਜਾਣ ਨੂੰ ਜਿਹੜੀ ਸਾਡੀ ਦੂਸਰੀ ਮਸ਼ੀਨ ਅਸੀਂ ਫੈਬਰੀਕੇਟ ਕਰ ਰਹੇ ਹਾਂ ਜੀ ਉਹ 'ਚ ਫਿਰ ਉਹ 'ਚ ਜਾਂਦੀ ਉਹ 'ਚ ਉਹਨੂੰ 20-25 ਮਿੰਟ ਚਾਹੀਦੇ ਆ ਡਰਾਈ ਹੋਣ ਨੂੰ ਜਦੋਂ ਬਾਹਰ ਨਿਕਲਦੀ ਹੈ ਤੁਹਾਡਾ ਕੱਪ ਤਿਆਰ ਹੁੰਦਾ ਤੁਸੀਂ ਉਹ ਚਾਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹ ਜਿਹੜਾ ਹੁਣ ਇਹਦਾ ਸਾਡਾ ਡਰਾਇਰ ਹੈ ਜਿਹੜਾ FDD ਇਹ ਅਸੀਂ ਬਹੁਤ 480 ਸਪਲਾਈ ਕੀਤੇ ਆਲ ਓਵਰ ਦਾ ਵਰਲਡ ਸਾਡੇ ਓਕੇ ਸਮਝ ਦੇਖ ਰਹੇ ਹਾਂ ਹਿਊਮਿਡੀਫਾਇਰ ਹੈ ਸਾਡਾ ਸਾਡਾ ਸੈਕਸ਼ਨ ਹੈ ਅਤੇ ਆਹ ਸਾਈਕਲੋਨਸ ਹੈ ਪਿੱਛੇ ਸੋਟਿੰਗ ਬਾਉਂਡਰੀ ਹੈ ਪਿੱਛੇ ਸਾਡਾ ਵਿਦਰਿੰਗ ਹੈ ਜਿਹ 'ਚ ਸਾਡੇ ਡਿਫਰੈਂਟ ਕਾਇੰਡ ਆਫ ਸੋਟਿੰਗ ਮਸ਼ੀਨਸ ਹੁੰਦੇ ਆ ਜੀ ਅਤੇ ਮੈਂ ਸਾਨੂੰ ਇੱਕ ਬੰਦੇ ਨੂੰ ਮਿਲਾਉਂਦਾ ਹਾਂ ਜ਼ਰੂਰ ਜਿਹਨੇ ਸਾਡੇ ਨਾਲ ਬਹੁਤ ਬਹੁਤ ਚਿਰ ਦਾ ਕੰਮ ਕੀਤਾ ਹੈ ਜੇ ਭਾਜੀ ਫਰੋਮ ਇੰਡੀਆ ਅਸਾਮ ਹੀ ਫਿਰੇ ਸਾਰਾ ਸਾਡੇ ਹੈਗੇ ਸਾਡੇ ਨਾਲ ਕੰਮ ਕੀਤਾ ਓਵਰ 35 ਈਅਰਸ ਆਪਣਾ
ਠੀਕ ਹੈ ਜੀ ਤੇ ਜਦੋਂ ਯੰਗਸਟਰ ਸੀ ਜਦੋਂ ਸਾਡੇ ਕੋਲ ਆਏ ਆਪਣੇ ਪੰਜਾਬ ਤੋਂ ਨੇ ਬਾਈ ਜੀ ਨਹੀਂ ਨਹੀਂ ਮੈਂ ਆਇਆ ਸੀ ਸ਼ਿਕਾਰ ਆਇਆ ਸੀ ਡਬਲਯੂਟੀ ਐਸਟੇਟ ਹੈ ਚੱਲ ਰਹੀ ਹੈ ਆਪਣੀ ਮੂਵੀ ਡਾਕੂਮੈਂਟਰੀ ਆਪਣੀ ਮੈਂ ਡਬਲਯੂਟੀ ਐਸਟੇਟ ਆਇਆ ਸੀ ਜੀ ਮਸ਼ੀਨ ਫਿਟ ਕੀਤੀ ਐਸਆਈਡੀ ਅੱਛਾ ਜੀ ਇਹ ਸਾਡੇ ਅੰਕਲ ਆ ਗਏ ਉਹ ਕਿਤੇ ਪਸ਼ਾਵਰ ਦੇ ਲੈਂਦੇ ਅੱਛਾ ਉਧਰੋਂ ਪਾਕਿਸਤਾਨ ਵੱਲੋਂ ਨੇ ਪਸ਼ਾਵਰ ਦੇ ਮਿਸਟਰ ਅਸਲਮ ਖਾਨ ਅਸਲਮ ਖਾਨ ਜੀ ਹਾਂਜੀ ਇਹ ਸਾਡੇ ਨਾਲ ਕੰਮ ਕਰਦੇ ਉੱਪਰ 35 ਇਅਰਸ ਹੋ ਗਏ 35 ਇਅਰਸ ਉੱਪਰ ਉਸ ਉੱਪਰ ਕੀ ਬਾਤ ਹੈ ਹਾਂਜੀ ਤੇ ਉਹ ਸਾਡੀ ਮਸ਼ੀਨ ਬਣ ਜੇ ਤੁਹਾਨੂੰ ਦੱਸਿਆ ਸੀ ਡਿਫਰੈਂਟ ਗ੍ਰੇਡਿੰਗ ਹੁੰਦੀ ਹੈ ਜੀ ਬਾਈ ਜੀ ਅਸੀਂ ਕਾਰ ਵਰਗਾ ਕੰਮ ਕਰਨੇ ਆ ਠੀਕ ਹੈ ਜੀ ਅਤੇ ਸਾਰੇ ਪਰਿਵਾਰ ਸਾਡੇ ਨੇ ਕੰਮ ਵੀ ਸਾਡਾ ਜੀ ਆਪਣਾ ਲਗਨ ਹੈ ਚੜਦਾ ਤੇ ਲੈਂਦਾ ਪੰਜਾਬ ਇਕੱਠਾ ਹੋ ਗਿਆ ਸੀ ਠੀਕ ਹੈ ਜੀ ਸਮਝਿਆ ਨਾ ਚਾਦਰਾ ਉਹ ਸਾਨੂੰ ਕਰਨੀ ਪੈਂਦੀ ਦੈਟਸ ਦ ਲਾਅ ਵਰਲਡ ਲਾਅ ਹੈ ਐਨੀਥਿੰਗ ਟੂ ਡੂ ਵਿਦ ਫੂਡ ਸਟੇਨਲੈਸ ਸਟੀਲ H304 ਕੁਆਲਿਟੀ ਹੋਣੀ ਚਾਹੀਦੀ ਹੈ ਠੀਕ ਹੈ ਅੱਛਾ ਜਿਹੜੀ ਤੁਸੀਂ ਇੱਥੇ ਆ ਪ੍ਰੋਡਕਸ਼ਨ ਕਰਦੇ ਹੋ ਹਾਂਜੀ ਇਹ ਚਾਹ ਦੀਆਂ ਮਸ਼ੀਨਾਂ ਤੁਸੀਂ ਕਿਹੜੇ ਕਿਹੜੇ ਦੇਸ਼ਾਂ 'ਚ ਭੇਜਦੇ ਹੋ ਅਸੀਂ ਬਹੁਤ ਦੇਸ਼ਾਂ 'ਚ ਗਏ ਹਾਂ ਕੈਟਲੋਗ 'ਚ ਹੋਊਗਾ ਤੁਹਾਨੂੰ ਦਿਖਾ ਦਿੰਦਾ ਮੈਂ ਅਸੀਂ ਰਵਾਂਡਾ ਬਰੂੰਡੀ ਯੁਗਾਂਡਾ ਫਿਰ ਅਸੀਂ ਕਰਦੇ ਹਾਂ ਮੋਰੀਸ਼ਸ ਭੇਜੀਆਂ ਇੰਡੀਆ ਭੇਜੀਆਂ ਅਸੀਂ ਥਰੂ ਸਾਡੇ ਜੁਆਇੰਟ ਵੈਂਚਰ 'ਚ ਇਧਰਲੇ ਪਾਸੇ ਬਣੀ ਹੋਈ ਇੱਕ ਫਾਊਂਡਰੀ ਸ਼ਾਪ ਦੇ ਵਿੱਚ ਕੀ ਹੁੰਦਾ ਥੋੜਾ ਹਨੇਰਾ ਹੋ ਸਕਦਾ ਪਰ ਨਹੀਂ ਦਿਸੂਗਾ ਐਡੀ ਗੱਲ ਨਹੀਂ ਇੱਥੇ ਲੋਹੇ ਨੂੰ ਪਘਲਾਇਆ ਜਾਂਦਾ ਅਤੇ ਲੋਹੇ ਨੂੰ ਪਘਲਾਉਣ ਲਈ ਕੀ ਵਰਤਿਆ ਜਾਂਦਾ ਇਹ ਜਿਹੜਾ ਇੰਜਨ ਆਇਲ ਕਾਲਾ ਤੇਲ ਹੁੰਦਾ ਮੱਚਾ ਤੇਲ ਹੁੰਦਾ ਵੇਸਟ ਆਇਲ ਉਹਨੂੰ ਉਹਦੇ ਵਿੱਚ ਦੀ ਕੱਢਦੇ ਨੇ ਅਤੇ ਉਹ ਉੱਥੇ ਮੋਟਰ ਲੱਗੀ ਆ ਉਹ ਹਵਾ ਮਾਰਦੀ ਆ ਅਤੇ ਬਾਈ ਜੀ ਕਿੰਨੇ ਟੈਂਪਰੇਚਰ 'ਤੇ ਲੋਹਾ ਪਿਘਲਦਾ ਅਸੀਂ 1500 ਡਿਗਰੀ ਸੈਂਟੀਗ੍ਰੇਡ ਜਾਂਦੇ ਹਾਂ ਓਕੇ ਅਤੇ ਜਦੋਂ ਉਹ ਲੋਹਾ ਪਿਘਲ ਜਾਂਦਾ ਫਿਰ ਆਹ ਜਿਹੜੀਆਂ ਮਸ਼ੀਨਾਂ ਪਈਆਂ ਨੇ ਢਾਂਚੇ ਪਏ ਆ ਇਹ ਜਿਹੜੀਆਂ ਸਾਡੀਆਂ ਡਾਈਆਂ ਪਈਆਂ ਜਿਹੜੀ ਅਸੀਂ ਬਣਾਈਆਂ ਹਰ ਇੱਕ ਚੀਜ਼ ਦੀ ਜੀ ਬਾਈ ਜੀ ਅਤੇ ਅਸੀਂ ਉਹ 'ਚ ਫਿਰ ਜਦੋਂ ਉਹਨੂੰ ਬੰਦ ਕੇ ਅਸੀਂ ਉਹ ਫਿਰ ਉਹ ਵਿੱਚ ਪਾਈਦਾ ਐਲੂਮੀਨੀਅਮ ਡਾਇਲ ਕਰਕੇ ਜਿਹੜਾ ਉਹਦਾ ਲਿਕੁਇਡ ਬਣ ਜਾਂਦਾ ਲਿਕੁਇਡ ਬਣ ਕੇ ਵਿੱਚ ਕਰਦੇ ਫਿਰ ਰਹਿੰਦੀ ਦਾ ਬਾਅਦ 5 ਮਿੰਟ 5-10 ਮਿੰਟਾਂ ਬਾਅਦ ਅਸੀਂ ਖੋਲੀਦਾ ਅਤੇ ਆਲਰੇਡੀ ਮੋਲਡ ਹੋ ਜਾਂਦਾ ਸਾਰਾ ਇੰਨੇ ਚਿਰ 'ਚ ਉਹ ਆਪਦੀ ਸ਼ੇਪ ਲੈ ਜਾਂਦਾ ਸ਼ੇਪ ਕੀ ਬਾਤ ਹੈ ਜੀ ਅਤੇ ਜਿੰਨਾ ਵੀ ਸਕਰੈਪ ਇਹਨਾਂ ਨੂੰ ਮਿਲਦਾ ਉਹ ਉੱਥੇ ਇਕੱਠਾ ਕਰਕੇ ਰੱਖਦੇ ਆ ਇਕੱਠਾ ਕਰਕੇ ਰੱਖ ਲਈਦਾ ਸਾਰਾ ਕਿ ਕਿਉਂਕਿ ਸਕਰੈਪ ਵੀ ਮਿਲਣਾ ਅੱਜ ਕੱਲ੍ਹ ਬਹੁਤ ਮੁਸ਼ਕਿਲ ਹੈ ਹਾਂ ਭੱਠੀ ਦੇ ਵਿੱਚ ਉਹਨੂੰ ਤੱਤਾ ਕਰਕੇ ਭੱਠੀ ਤੱਤਾ ਕਰਕੇ ਮੈਲਟ ਕਰਕੇ ਫਿਰ ਪਾਈਦਾ ਢਲਾ ਕੇ ਉਹਨੂੰ ਫਿਰ ਆਪਦੇ ਹਿਸਾਬ ਨਾਲ ਉਹਨੂੰ ਸ਼ੇਪ ਦੇ ਲੈਂਦੇ ਆ ਹਾਂਜੀ ਅਤੇ ਸ਼ੇਪ ਦੇ ਕੇ ਕੀ ਬਣਾਇਆ ਹੋਇਆ ਇੱਧਰ ਇੰਪੈਲਰ ਬਲੇਡਸ ਆ ਇਹ ਪੱਖੇ ਦੇ ਫਰ ਨੇ ਪੱਖੇ ਦੇ ਬਲੇਡ ਆ ਸਾਰੇ ਡਿਫਰੈਂਟ ਟਾਈਪ ਦੇ ਆ ਤਾਂ ਹੁਣ ਕਾਸਟ ਹੋ ਜਾਂ ਫਿਨਿਸ਼ਿੰਗ ਕਰਨੀ ਪੈਂਦੀ ਹੈ ਅਸੀਂ ਉਹ ਫਿਨਿਸ਼ਿੰਗ ਕਰਕੇ ਫਿਰ ਅਸੀਂ ਸਾਨੂੰ ਸੈਟਿੰਗ ਕਰਨੀ ਪੈਂਦੀ ਹੈ ਇਨਕੁਆਇਰੀ ਆਉਂਦੇ ਸਾਨੂੰ ਕਿੰਨੇ ਕਿਊਬਿਕ ਫੀਟ ਪਰ ਮਿੰਟ ਹਵਾ ਚਾਹੀਦੀ ਹੈ ਉਹਦੇ ਹਿਸਾਬ ਨਾਲ ਅਸੀਂ ਡਿਜ਼ਾਇਨ ਕਰਕੇ ਫਿਰ ਡਿਗਰੀ ਸੈੱਟ ਕਰੀ ਦੀ ਆਪਣੀ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਬਾਈ ਜੀ ਇਹ ਨਵੀਆਂ ਚੀਜ਼ਾਂ ਬਾਈ ਜੀ ਆਹ ਭੱਠੀ ਤੇ ਮੈਂ ਪਹਿਲੀ ਵਾਰੀ ਦੇਖ ਰਿਹਾ ਹਾਂ ਲੋਹਾ ਪਗਲਾਉਣ ਵਾਲੀ ਹਾਂ ਨਹੀਂ ਸਮਝ ਤਾਂ ਗਈ ਹੈ ਹਾਂ ਜੀ ਇਹ ਵੀਡੀਓ ਦੇ ਵਿੱਚ ਖੜਕਾ ਦੜਕਾ ਆਸੇ ਪਾਸੇ ਸੁਣਦਾ ਹੋਊਗਾ ਉਹ ਸੁਣੂਗਾ ਕਿਉਂਕਿ ਆਪਾਂ ਮਸ਼ੀਨ ਖੜ੍ਹੇ ਹਾਂ ਇਹਦੇ 'ਚ ਬਾਪੂ ਹੁਣੀ ਕਹਿੰਦੇ ਜੀ ਖੜਕਾ ਰੋਕ ਵੀ ਸਕਦੇ ਹਾਂ ਆਪਾਂ ਮੈਂ ਨਹੀਂ ਤੁਸੀਂ ਕੰਮ ਚੱਲਦਾ ਰੱਖੋ ਬ੍ਰੌਂਕਸ ਇੰਗਲੈਂਡ ਜਿਹੜੀਆਂ ਪੱਤਰੀਆਂ ਨੇ ਇਹਨਾਂ ਦੇ ਕੱਟਾ ਕਟਾਈ ਸਮਾਨ ਦੀ ਸਾਰੇ ਕਾਸੇ ਦੀ ਇਹ ਜਗ੍ਹਾ 'ਤੇ ਕਰਦੇ ਆ ਠੀਕ ਆ ਬਾਈ ਜੀ ਠੀਕ ਹੈ ਇੱਧਰ ਲੱਗੇ ਹੋਏ ਨੇ ਬਾਈ ਹੁਣ ਆ ਜਾਓ ਬਾਈ ਜੀ ਆਪਾਂ ਮਾੜਾ ਜਿਹਾ ਗਾਂਹ ਨੂੰ ਜਾ ਆਈਏ ਉੱਧਰ ਨੂੰ ਸ਼ੀਟਾਂ ਜੀ ਸਟੇਨਲੈਸ ਸ਼ੀਟਾਂ ਸਾਡੀਆਂ ਹਾਂਜੀ ਪੋਲਿਸ਼ ਕਰੀ ਦੀ ਇੱਥੇ ਓਕੇ ਸਟੇਨਲੈਸ ਸ਼ੀਟਾਂ ਜਿਹੜੀਆਂ ਉਹਨਾਂ ਨੂੰ ਇੱਥੇ ਪੋਲਿਸ਼ ਹੁੰਦੀਆਂ ਪਾਲਿਸ਼ ਕੀਤਾ ਹੈ ਪੋਲਿਸ਼ ਕਰਨੀ ਹੈ ਉਹਨੇ ਠੀਕ ਹੈ ਜੀ ਦੇਖੋ ਬਾਬਾ ਜੀ ਮੈਂ ਫਾਇਆ ਪੋਲਿਸ਼ ਦੇਖੋ ਤੋ ਆ ਦੇਖ
ਅਦਾ ਸਾਫ ਨਿਕਲਦੀ ਹੈ ਸ਼ੀਟ ਜਿਹੜੀ ਉਹ ਚਾਹ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਵਰਤੀ ਜਾਂਦੀ ਹੈ ਸਾਰੇ ਪਾਲਿਸ਼ ਕਰੀ ਦੀ ਅੱਛਾ ਵੈਲ ਪਾਲਿਸ਼ ਹੈ ਕੋਈ ਨਹੀਂ ਆਉਂਦਾ ਹੈ ਆ ਦੇ ਲੋ ਪਾਲਿਸ਼ ਕੀਤੀ ਹੈ ਹੁਣ ਪਾਲਿਸ਼ ਬਾਅਦ ਅਦਾ ਸਾਫ ਨਿਕਲਦੀ ਹੈ ਸਾਰੀਆਂ ਕੀ ਬਾਤ ਚਿਹਰਾ ਦਿਸਦਾ ਇਹਦੇ ਵਿੱਚ ਇਹ ਕਾਰਖਾਨੇ ਨੂੰ ਦੇਖਦੇ ਦੇਖਦੇ ਜਦੋਂ ਆਪਾਂ ਇੱਧਰ ਨੂੰ ਵੱਧਦੇ ਹਾਂ ਮੈਂ ਪਹਿਲਾਂ ਦੱਸਦਾ ਕਿ ਮੈਂ ਬਾਈ ਹੁਣਾਂ ਨਾਲ ਪਹਿਲਾਂ 1.5-2 ਘੰਟਾ ਇਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੂੰ ਜਾਣਕਾਰੀ ਇਹਨਾਂ ਨੇ ਬਹੁਤ ਕੁਝ ਦੱਸਿਆ ਅਤੇ ਆਹ ਜਿਹੜਾ ਇੱਕ ਬਣਿਆ ਹੋਇਆ ਇਹਦੇ ਵਿੱਚ ਇਹ ਸਾਰੇ ਕਾਸੇ ਨੂੰ ਇੱਕ ਤਜਰਬੇ ਕਰਕੇ ਦੇਖਦੇ ਆ ਮਸ਼ੀਨ ਬਣਾ ਕੇ ਇਵੇਂ ਆ ਬਾਈ ਜੀ ਹਾਂਜੀ ਇਹ ਅਸੀਂ ਡਸਟ ਕਲੈਕਟਰ ਆ ਜਿੱਥੇ ਲੱਕੜ ਦਾ ਕੰਮ ਹੁੰਦਾ ਹੈ ਜੀ ਅਸੀਂ ਉਹਨਾਂ ਨੇ ਡਿਜ਼ਾਇਨ ਕੀਤਾ ਹੁਣ ਅਸੀਂ ਸਾਰਾ ਸਮਾਨ ਅਸੈਂਬਲ ਕਰਕੇ ਅਸੀਂ ਉਹ ਟਰਾਈ ਕਰ ਰਹੇ ਹਾਂ ਬੈਗਸ ਫਿਲਟਰ ਸਾਰੇ ਲੱਗੇ ਇਹਨਾਂ 'ਤੇ ਦੇਖੇ ਹੋਣੇ ਬੈਗ ਫਿਲਟਰਸ ਲੱਗੇ ਆ ਆ ਸੱਜੇ ਪਾਸੇ ਥੋੜ੍ਹਾ ਜਿਹਾ ਜੀ ਹੁਣ ਜਿਹੜਾ ਬੈਗ ਫਿਲਟਰ ਨੀਚੇ ਹੈ ਉਹ 'ਚ ਗੰਦ ਜਾਂਦਾ ਉਪਲੇ 'ਚੋਂ ਹਵਾ ਨਿਕਲ ਜਾਂਦੀ ਹੈ ਬਾਹਰ ਸਕਸ਼ਨ ਯਾਨੀ ਉਹ ਟਰੈਪ ਕਰਕੇ ਵਿੱਚ ਲਿਆਉਂਦੇ ਆ ਤੁਸੀਂ ਦੱਸਿਆ ਸੀ ਤੁਸੀਂ ਕਿੱਥੋਂ ਇਹਦੀ ਕੀਮਤ ਕਿੰਨੀ ਦੱਸੀ ਸੀ ਪਹਿਲਾਂ ਜਦੋਂ ਮੰਗਾਉਂਦੇ ਸੀ ਤੁਸੀਂ ਪਹਿਲਾਂ ਹੁਣ ਯਾਦ ਨਹੀਂ ਹੈ ਯਾਰ ਹੁਣ ਯਾਦ ਨਹੀਂ ਹੈ ਪਰ ਅਸੀਂ ਕਾਫੀ ਤਕਰੀਬਨ 3-4 million ਕਹੀਆਂ ਸ਼ਿਲਿੰਗ ਦੇ ਅਸੀਂ ਕਰਦੇ ਸੀ ਕੰਮ ਪਹਿਲਾਂ ਹੁਣ ਜਿਹੜੇ ਵੱਡੀਆਂ ਮਸ਼ੀਨਾਂ ਕਰੇ ਦੇ ਆ ਅਸੀਂ ਲਾ ਕੇ $1,40,000 ਦੇ ਸਾਨੂੰ ਤਾਂ ਕੰਮ ਕਰ ਰਹੇ ਸੀ ਇਹ ਹੋਰ ਸਾਡਾ ਰਿਸਰਚ ਐਂਡ ਡਿਵੈਲਪਮੈਂਟ ਸੈਕਸ਼ਨ ਹੈ ਜਿੱਥੇ ਅਸੀਂ ਆਪਣੇ ਐਕਸਪੈਰੀਮੈਂਟਸ ਕਰੀਦੇ ਆ ਠੀਕ ਹੈ ਜੀ ਐਕਸਪੈਰੀਮੈਂਟ ਕਰਨ ਤੋਂ ਬਾਅਦ ਫਿਰ ਤੁਸੀਂ ਮਸ਼ੀਨਾਂ ਡਿਸਪੈਚ ਕਰਦੇ ਹੋ ਫਿਰ ਮਸ਼ੀਨ ਡਿਸਪੈਚ ਕਰਦੇ ਸਾਈਟ ਤੇ ਠੀਕ ਹੈ ਜੀ ਸ਼ਾਨਦਾਰ ਇੰਡੀਆ ਹੈਲੋ ਵੀਰੇ ਕਿੱਦਾਂ ਜੀ ਕਿਵੇਂ ਹੋ ਬਾਜੀ ਬਹੁਤ ਬੜੀਆ ਚੜ੍ਹਦੀ ਕਲਾ ਬਹੁਤ ਵਧੀਆ ਮਿਸਟਰ ਖਾਨ ਸਾਹਿਬ ਨਾਲ 20 ਸਾਲ ਤੋਂ ਆਏ ਹੋ ਜੀ ਸਾਡੇ ਨਾਲ ਬਹੁਤ ਕੰਮ ਕੀਤੇ ਸੀ ਬਹੁਤ ਪ੍ਰੋਜੈਕਟ ਇਕੱਠਿਆਂ ਨੇ ਕਰ ਰਹੇ ਹਾਂ ਸਾਰੇ ਅਤੇ ਮਿਸਟਰ ਖਾਨ ਹੈਗੇ ਇੰਡੀਆ ਤੋਂ ਪੁਣੇ ਦੇ ਆ ਓਕੇ ਮਹਾਰਾਸ਼ਟਰ ਨਾਲ ਹੈ ਜੀ ਨਾਲ 20 ਸਾਲ ਹੋ ਗਏ ਨਾਲ ਸਾਡੇ ਠੀਕ ਹੈ ਜੀ ਠੀਕ ਹੈ ਅਤੇ ਅਸੀਂ ਫੈਮਿਲੀ ਨਾਲ ਰਹਿੰਦੇ ਹਾਂ ਅਤੇ ਮਿਸਟਰ ਖਾਨ ਜਿਹੜੇ ਸਾਡੇ ਬਾਹਰਲੇ ਪ੍ਰੋਜੈਕਟਸ ਆ ਉਹ ਹੈਂਡਲ ਕਰਦੇ ਸਾਰੇ ਠੀਕ ਹੈ ਮਸ਼ੀਨ ਚੱਲਦਾ ਦੀ ਇੰਸਟਾਲੇਸ਼ਨ ਦੀ ਸਾਰੀ ਹੈਲਪ ਕਰਦੇ ਨਾਲ ਡਿਜ਼ਾਇਨ ਅਸੀਂ ਇਕੱਠੇ ਪਾ ਕੇ ਡਿਜ਼ਾਇਨ ਕਰੀਦਾ ਠੀਕ ਸੋ ਸਾਡੇ ਇੱਥੇ ਜਦੋਂ ਅਸੀਂ ਕੰਮ ਕਰੀਦਾ ਜਦੋਂ ਇੱਕ ਸਾਡਾ ਵੱਡੀ ਫੈਮਿਲੀ ਹੈ ਸਾਡੀ ਪਰਿਵਾਰ ਜੀ 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 ਸਾਰੇ ਇਕੱਠੇ ਕੰਮ ਕਰ ਸਾਡਾ ਪਹਿਲਾਂ ਮਿਲਾਇਆ ਸੀ ਅਸਲਮ ਖਾਨ ਨੂੰ ਉਹ ਪੰਜਾਬੀ ਹੈ ਇਹ ਉਰਦੂ ਬੋਲਣ ਵਾਲੇ ਆ ਪਰ ਅਸੀਂ ਪੰਜਾਬੀ ਹਿੰਦੀ ਕਮਿਊਨੀਕੇਟ ਕਰੀਦਾ ਠੀਕ ਹੈ ਜੀ ਯੂ ਸੇ ਸਮਥਿੰਗ यस सो इधर अभी हमको मुझे जैसा अभी एम डी ने बताया हमको ऑलमोस्ट 20 years प्लस हो चुके हैं और काफ़ी टाइम से है इधर में वी टी मशीनरी वगैरह हम बनाते हैं इधर में फैन इंजीनियरिंग है जैसा आपने देखा है सारा तो वी वर्क टुगेदर डिज़ाइन करते हैं सारा कुछ इधर में और यहाँ से हम मशीनरी बेचते हैं ऑल ओवर ईस्ट अफ्रीका अप टू साउथ अफ्रीका अप टू इथोपिया तक हमने मशीनें सप्लाई की हैं ओके जी ठीक है टीम मशीनरी तो है ही है हमारा और साथ ही साथ हम दूसरे भी फैन इंजीनियरिंग के काम करते हैं काफ़ी और साथ ही साथ जनरल इंजीनियरिंग वर्क्स भी हम लोग करते हैं ओके ओके थैंक यू वीरे नाइस टू मीट यू थैंक यू सो मच ठीक है जी इधर जिन्ना कुछ भी आप देख के आए हैं ये वो आ जोड़ा प्रैक्टिकल काम हो रहा भी जमीन से वो सारिया चीज़ा बन दया कि ਪਹਿਲਾਂ ਉਹ ਮੇਜ਼ਾਂ 'ਤੇ ਬਹਿ ਕੇ ਬਣਦੀਆਂ ਸਲਾਹ ਮਸ਼ਵਰਾ ਹੁੰਦਾ ਫਿਜਿਕਸ ਵਰਗੀਆਂ ਜਿਹੜੀਆਂ ਵਿਸ਼ੇ ਆ ਉਹ ਵਿਚਾਰੇ ਜਾਂਦੇ ਆ ਪਰ ਉਦੋਂ ਬਾਅਦ ਕੀ ਹੁੰਦਾ ਬਾਈ ਹੁਣਾਂ ਦੇ ਹੱਥ 'ਚ ਮਾਈਕ ਆ ਸ਼ਾਇਦ ਉਹਨਾਂ ਦੀ ਆਵਾਜ਼ ਵਿੱਚ ਰਿਕਾਰਡ ਹੋਈ ਜਾਂਦੀ ਪਹਿਲਾਂ ਜਿਹੜਾ ਕੁਛ ਦੇਖਿਆ ਆਪਾਂ ਪਹਿਲਾਂ ਗੱਲ ਕਰਦੇ ਸੀ ਉਹ ਪ੍ਰੈਕਟੀਕਲ ਵਰਕ ਸੀ ਪ੍ਰੈਕਟੀਕਲ ਵਰਕ ਨੂੰ ਕਾਗਜ਼ੀ ਕਾਰਵਾਈ ਥਿਊਰੀ ਵਰਕ ਉਹਦਾ ਇਹ ਆ ਜੋ ਕੁਛ ਇਹ ਇੱਥੋਂ ਦੀ ਇੰਡਸਟਰੀ ਵਿੱਚ ਬਣਾਇਆ ਜਾਂਦਾ ਉਹ ਸਾਰਾ ਕੁਛ ਇਸ ਵੇਲੇ ਆਪਣੇ ਸਾਹਮਣੇ ਕਿਤਾਬੀ ਰੂਪ 'ਚ ਆ ਸਾਰੇ ਅਸੀਂ ਇੱਥੇ ਬਣਾਏ ਆ ਲੋਕਲੀ ਸਾਰੇ ਮੈਨੂਫੈਕਚਰ ਕੀਤੇ ਆ ਠੀਕ ਹੈ ਜੀ ਫਿਰ ਸਾਡੀ ਜਿਹੜੀ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਮਸ਼ੀਨਾਂ ਕਹਿੰਦੇ ਜਿਹੜੀ CFU ਕੰਟੀਨਿਊਸ ਫਰਮੈਂਟਿੰਗ ਮਸ਼ੀਨ ਇਹ ਸਾਰਾ ਕੁਛ ਹੈਗਾ ਜਿਸ ਕਿੱਥੇ ਮਸ਼ੀਨਾਂ ਸਪਲਾਈ ਕੀਤੀਆਂ ਕਿੱਦਾਂ ਕੰਮ ਕਰਦੀਆਂ ਪਿੱਛੋਂ ਦੀ ਕਪੈਸਿਟੀ ਲਿਖੀ ਹੈ ਸਾਰੀ ਠੀਕ ਹੈ ਜੀ ਉਹਦੀ ਡਾਟਾ ਹੈਗੀ ਹੈ ਫਿਰ ਸਾਡੀ ਜਿਹੜੀ ਮੇਨ ਲਾਈਨ ਆ ਉਹ ਹੈਗੀ ਫਲੂਇਡ ਬੈੱਡ ਵਾਇਰਸ ਜਿਹੜੇ ਅਸੀਂ ਬਣਾਉਂਦੇ ਹਾਂ ਡਿਫਰੈਂਟ ਡਿਫਰੈਂਟ ਮਾਡਲਸ ਦੇ ਆ ਅਤੇ ਤੁਹਾਨੂੰ ਦਿਖਾਉਣਾ ਡਿਫਰੈਂਟ ਡਿਫਰੈਂਟ ਮਾਡਲਸ ਆ ਡਿਫਰੈਂਟ ਡਿਫਰੈਂਟ ਕਪੈਸਿਟੀਜ਼ ਦੇ ਆ ਡਿਫਰੈਂਟ ਕਪੈਸਿਟੀਜ਼ ਆ ਅਤੇ ਇਹ ਉਹਦੀ ਲਿਟਰੇਚਰ ਆ ਕਿੱਦਾਂ ਡਰਾਇੰਗ ਟੈਕਨੋਲੋਜੀ ਚਾਹੀਦੀ ਹੈ ਸਾਨੂੰ ਆਹ ਵੀ ਡਿਫਰੈਂਟ ਮਾਡਲ ਹੈ ਯਾਨੀ ਕੋਈ ਵੀ ਤਰ੍ਹਾਂ ਜਗ੍ਹਾ 'ਤੇ ਘੱਟ ਜਗ੍ਹਾ 'ਤੇ ਅਸੀਂ ਫਿੱਟ ਕਰ ਸਕਦੇ ਹਾਂ ਮਸ਼ੀਨ ਬਾਕੀ ਸਾਡੀ ਇਹ ਕੈਟਲੋਗ ਹੈਗੀ ਹੈ ਜਿਹੜੀ ਅਸੀਂ ਪੱਖੇ ਬਣਾਉਂਦੇ ਹਾਂ ਇੱਥੇ ਸਾਰੇ 12-inch ਡਾਇਮੀਟਰ ਤੋਂ ਲੈ ਕੇ 48-inch ਡਾਇਮੀਟਰ ਸਾਰੇ ਅਸੀਂ ਲੋਕਲ ਬਣਾਈ ਦੀ ਇੱਥੇ ਸਾਰਾ ਕੁਛ ਠੀਕ ਹੈ ਜੀ ਲੋਕਲ ਜਿੱਥੇ ਮੈਂ ਪੱਟੀ ਦਿਖਾਇਆ ਉਹ ਟਲਾਈ ਕਰਕੇ ਚੀਜ਼ਾਂ ਬਣਦੀਆਂ ਸਾਰੀਆਂ ਇੱਥੇ ਸਾਰੇ ਹਾਈ ਸਪੀਡ ਲੋ ਸਪੀਡ ਐਗਜ਼ੋਸਟ ਫੈਨ ਸਾਡੇ ਸਾਰੇ ਬਹੁਤ ਸ਼ਾਨਦਾਰ
बहुत शानदार भाई जी, तो धन्यवाद भाई जी, थोड़ा थैंक यू टाइम करके इतने आए हैं। नहीं नहीं बापू जी, मैं असल जना मैं जिम्मे नहरी वाले बापू उन्होंने मिले सड़े मित्र ने भी बिलकुल बाबे की कृपा सारा कुछ है जी। धन्यवाद भाई जी थोड़ा बहुत बहुत जी। रेलवे रामगढ़िया साउथ सी मैं ट्रस्ट में था। अच्छा जी अच्छा दो साल हां मैंने दसया सी भाई जी होना ने साडे भाजी है सरनाम सिंह है भी कमेटी मेंबर है। जी 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 साडे नाल कोऑर्डिनेशन बहुत होंदी है। ए भी जेड़ा काम कर रहे है कोई सिख ना काम नहीं कर जिन्ना दा इनदा काम है इनदा काम जेड़ा वुड है ना वो सॉलिड वुड दा काम है सारा। हां मैं जाना भाई होना वाला इनने दसया सी मेनू ओके जी ओके जी जी बहुत बहुत धन्यवाद बापू जी धन्यवाद भाई जी सत श्री अकाल। उधरले पासे आपां मशीनां बणदियां देखियां मशीनां दा खलारा उत्थे बनाउण दा ढांचा उह सारा कुछ उत्थे खड़ा कीता होया ते इधरले पासे आपां की देखदे आं वी इत्थे लिखिया होया इहनां दीआं बाई इहनां दी कंपनी दे बणाईआं होईआं मशीनां आह देशां दे विच जा के लगीआं ने बरूंडी कोंगो मलावी मरीशियस नाइजीरिया इथोपिया रवांडा साउथ अफ्रीका सुडान तंजानिया युगांडा जाम्बा जिम्बावे इंडिया दे विच वी श्रीलंका बंगलादेश ईरान ते साउथ अमेरिका दे विच एक्वाडोर। जिहड़ा कुछ आपां इत्थे देख रहे हैं यह विशा बिल्कुल वखरा अपने लिए परदेसां दे विच पुराने समय तो आके अद्धा दहाका हो गया किसी दहाका किसी नूं 50 साल हो गए किसी सदी हो चली इन्हां देशां दे विच कारोबार किए ने बिजनेस खड़े किए आ खुशी होंदी आपां नूं भी उन्नी खुशी हुंदी बापू हुणी बहुत चार ना मिले आ सो वधिया चीज़ां देखण नूं मिलदियां ने अद्धी अद्धा अद्धी छुट्टी हो गई शायद पता नहीं की होया आ बाई हुणी बाहर निकल रहे हैं तो एक गेट ते जिहड़ा वीर खड़ा उन्हां दी तलाशी लैके फिर बाहर जाण दिंदा। हुण आपां गुरद्वारा साहिब लांडिया चलते हैं उसके नेड़े ही आप लगभग मतलब साउथ सी के नेड़े तेड़े फिरते हैं नरोबी के जेड़े गुरद्वारा साहब आप हम पहुँचे हैं ये गुरद्वारा नरोबी के सब तो पुराना तो काबले गौर है भी जोड़ा कीनिया का सब तो पुराना गुरद्वारा वह मंबसा के क्योंकि मंबसा बंदरगाह से उत्थे जेडे पंजाबों आते सिख भरा सब तो पहला सदी डेढ़ सदी पहला वो उत्थे उतरे उन्होंने उत्थे पहला गुरद्वारा साहब बनाया तो रेलवे का काम शुरू किया देखा फिलहाल ये गुरुद्वारा का नाम है श्री गुरुद्वारा रामगढ़िया रेलवे नरोबी केनिया तो विचकार लकड़ लिखा होया 1903 तो यह गुरुद्वारा साहब कहा जाता लांडिया आ जिहड़ियां तारां लगियां होईयां ने यह बिजली दियां इन्हां विच करंट टपदा सेफ्टी वास्ते आ। हाँ जी बाबा जी इस वेले आप गुरद्वारा साहब के खड़े हैं तो गुरद्वारा साहब की प्रबंधकी कमेटी आप कह लिए भी सारे वीर भरा अपने सामने ने इन्हों जो बहुत चेहरे वो ने जोड़े अपन जानते हैं तो बहुत वो है जिन्हें अपन पहली बार देख रहे हैं। बाबा जी तो थोड़ा जहा गुरद्वारा साहब बारे दसो कौन कोई मर्जी दस दो ताड़े चू जी आ बापू जी आ लो तुसी माइक फड़ो उत्थे खड़ जाओ जी। गुरद्वारा लांडिया साहिब सब तो पहला गुरद्वारा इस नरोबी विच ठीक है जी कंस्ट्रक्ट होया बनया ते उस जमाने की गल है कि खासे साल हो गए 100 साल तो उपर 101 साल हो गए गुरुद्वारे नूं हाँ जी 103 साल हो गए 121 साल हो गए पहला गुरुद्वारा सी ठीक है जी और जिन्हें भी साढ़े सिख भाई आए सन इंडिया तो हाँ जी वो इतने नेड़े ही रहिंदे सन सारे रेलवे मेजोरिटी ऑफ दम रेलवे से जी ते बड़ी कट हुंदा सी बहुत पैसे कट हुंदा सीगा ते पहला गुरुद्वारा बनया उस तों बाद फिर संगतां जासी हो गईआं ते फिर बाकी गुरुद्वारे सारे नरोबी बनने शुरू हो गए। ठीक है जी ठीक है चलो बहुत बहुत धन्यवाद भाई जी थोड़ा सारे का तो गुरद्वारा साहब की तख्ती लगी हुई है 1903 ठीक है जी 21 साल तो इतने एक मिनट दोबारे बोलो जी हाँ जी 21 साल तो इतने अखंड पाठ सेवा लगातार अखंड पाठ की सेवा हो रही है। बाबा जी ने दसा कि 21 साल तो लगातार इतने अखंड पाठ हो रहा है। बाबा जी
ਭੋਗ ਪੈਣ ਤੋਂ ਬਾਅਦ ਦੁਬਾਰੇ ਪ੍ਰਕਾਸ਼ ਕਰ ਲੈਣੇ ਹਾਂ ਜੀ ਭੋਗ ਤੋਂ ਬਾਅਦ ਨਾਲ ਹੀ ਰੱਖ ਦਿੰਦੇ ਨਵਾਂ ਹਾਂ ਪਰ ਦਾ ਭੋਗ ਪੈਣਾ ਉਹ ਦਵੀਰ ਸ਼ੁਕਰ ਹੋ ਜਾਏਗੀ ਹਾਂਜੀ ਫਿਰ ਸ਼ੁਕਰ ਸ਼ਨੀਚਰ ਐਤ ਖੰਡ ਪੜ੍ਹ ਤਿੰਨ ਹੋਣਗੇ ਵੀਕ ਦੇ ਸੰਡੇ ਫਿਰ ਇਹਨੂੰ ਰੈਸਟ ਦੇਈਦਾ ਠੀਕ ਹੈ ਨੂੰ ਅਤੇ ਸੰਡੇ ਤੋਂ ਫਿਰ ਮੰਡੇ ਦੁਬਾਰਾ ਸ਼ੁਰੂ ਹੋ ਜਾਂਦਾ ਇਹਦੇ ਓਕੇ ਹਰੇਕ ਵੀਕ 'ਚ ਤਿੰਨ ਵੀ ਹੁੰਦੇ ਆ ਕਈ ਵਾਰ ਜ਼ਿਆਦਾ ਵੀ ਹੁੰਦੇ ਆ ਤਾਂ ਦੋ ਵਿੱਚ ਹੀ ਰੱਖਦੇ ਹੁੰਦੇ ਨੇ ਅਸੀਂ ਕਮਾਲ ਦੀ ਗੱਲਬਾਤ ਹੈ ਇੰਡਸਟਰੀਅਲ ਏਰੀਆ ਲੋਭੀ ਦਾ ਇੱਥੇ ਸਾਰੀ ਸਾਰੇ ਦੁਪਹਿਰ ਇੱਥੇ ਲੰਗਰ ਤਿੰਨ ਟਾਈਮ ਚੱਲਦਾ ਸਵੇਰੇ ਦੁਪਹਿਰ ਸ਼ਾਮ ਹਰ ਰੋਜ਼ ਠੀਕ ਹੈ ਸੰਗਤ ਆਲੇ ਦੁਆਲੇ ਦੀ ਆਉਂਦੀ ਆ ਇੱਥੇ ਲੰਗਰ ਛੱਕ ਕੇ ਜਾਂਦੀ ਆ ਹਾਂ ਇਹਨਾਂ ਬਾਈ ਉਹਨਾਂ ਨੇ ਦੱਸਿਆ ਕਿ ਜਦੋਂ ਪਹਿਲੋ ਪਹਿਲ ਸਿੱਖ ਦੇਸ਼ ਦੇ ਵਿੱਚ ਆਉਂਦੇ ਸੀ ਤਾਂ ਇੱਥੇ ਨੇੜੇ ਰੇਲਵੇ ਸਟੇਸ਼ਨ ਸੀਗਾ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਜਦੋਂ ਆਉਂਦੇ ਸੀ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਸਾਹਿਬ ਆ ਕੇ ਆਪਦਾ ਸਮਾਨ ਰੱਖਦੇ ਆਰਾਮ ਕਰਦੇ ਅਤੇ ਲੰਗਰ ਛਕਦੇ ਸੀ ਲਾਂਡੀਸ ਲਾਂਡੀਸ ਕਿਸ ਜਗ੍ਹਾ ਨੂੰ ਕਹਿ ਜਗ੍ਹਾ ਦਾ ਨਾਮ ਆ ਏਰੀਆ ਦਾ ਨਾਮ ਲਾਂਡੀਸ ਹੈ ਇਲਾਕੇ ਦਾ ਨਾਮ ਆ ਠੀਕ ਹੈ ਜੀ ਕੁਆਟਰਾਂ ਨੂੰ ਲਾਂਡੀਸ ਕਿਹਾ ਜਾਂਦਾ ਓਕੇ ਜੀ ਓਕੇ 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 ਠੀਕ ਹੈ ਜੀ ਠੀਕ ਹੈ ਧੰਨਵਾਦ ਬਾਈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਹਮਣੇ ਆ ਤਖਤੀ ਲੱਗੀ ਹੋਈ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਹਿਲਾਂ ਪੰਜਾਬੀ ਜੋੜ ਕੇ ਲਿਖੀ ਜਾਂਦੀ ਹੁੰਦੀ ਸੀ ਅਤੇ ਇੱਥੇ ਜੋੜ ਕੇ ਲਿਖਿਆ ਹੋਇਆ ਸ੍ਰੀ ਗੁਰਦੁਆਰਾ ਰਾਮਗੜੀਆ ਓਕੇ ਲਿਖਿਆ ਜੀ ਰਾਮਗੜੀਆ ਰੇਲਵੇ ਨਰੋਬੀ ਹਾਂ ਗੁਰਦੁਆਰਾ ਰਾਮਗੜੀਆ ਰੇਲਵੇ ਦੇ ਨਰੋਬੀ 1901 ਮਾਰਚ ਮਹੀਨੇ ਦੇ ਵਿੱਚ ਅਤੇ 1903 ਦੇ ਵਿੱਚ ਇਹਦੀ ਬਿਲਡਿੰਗ ਦਾ ਕੰਮ ਮੁਕੰਮਲ ਹੋਇਆ ਅਤੇ ਇਹਦੀ ਬਿਲਡਿੰਗ ਵੱਖਰੀ ਤਰ੍ਹਾਂ ਦੀ ਆ ਇਹ ਬਿਲਡਿੰਗ ਸਿਰਫ ਅਤੇ ਸਿਰਫ ਟੀਨਾਂ ਦੀ ਬਣੀ ਹੋਈ ਆ ਅਤੇ ਸਰਕਾਰ ਨੇ ਇੱਕ ਮਿੰਟ ਬਾਪੂ ਜੀ ਤੁਸੀਂ ਦੱਸੋ ਇਹਦੇ ਬਾਰੇ ਤੁਸੀਂ ਦੱਸ ਰਹੇ ਸੀ ਸਰਕਾਰ ਨੇ ਇਹਨੂੰ ਕਰਕੇ 100 ਸਾਲ ਤੋਂ ਉੱਪਰ ਬਿਲਡਿੰਗ ਬਣੀ ਹੋਈ ਹੈ ਅਤੇ ਸਰਕਾਰ ਨੇ ਇਸੇ ਇਟਸ ਏ ਨੈਸ਼ਨਲ ਵਾਟ ਕਾਲ ਹੈਰੀਟੇਜ ਠੀਕ ਹੈ ਜੀ ਅੱਜ ਆਪਾਂ ਤੁਰਦੇ ਤੁਰਦੇ ਗੱਲਬਾਤ ਜੀ ਮਤਲਬ ਕਿ ਬਾਪੂ ਜੀ ਦੀ ਬਿਲਡਿੰਗ ਦੇ ਵਿੱਚ ਤੁਸੀਂ ਬਦਲਾਅ ਨਹੀਂ ਕੀਤਾ ਅੰਡਰ ਦ ਮਿਊਜ਼ੀਅਮਸ ਆਫ ਕੇਨੀਆ ਇਟਸ ਏ ਨੈਸ਼ਨਲ ਹੈਰੀਟੇਜ ਇਟਸ ਏ ਨੈਸ਼ਨਲ ਹੈਰੀਟੇਜ ਫੋਰ ਦੀ ਹੋਲ ਆਫ ਵਰਕ ਅਫਰੀਕਾ ਔਰ ਹੋਲ ਆਫ ਕੇਨੀਆ ਸੋ ਬੰਦੇ ਆਉਂਦੇ ਨੇ ਇੱਥੇ ਸਕੂਲਾਂ ਦੇ ਆਉਂਦੇ ਨੇ ਹੋਰ ਬਾਹਰੋਂ ਆਉਂਦੇ ਨੇ ਵਿਜ਼ਟਰਸ ਆਉਂਦੇ ਨੇ ਦੇਖਣ ਵਾਸਤੇ ਤਾਂ ਉਹਨਾਂ ਨੂੰ ਹੈਗੀ ਸਾਰੀ ਸਾਡੇ ਕਮੇਟੀਆਂ ਹੈਗੀਆਂ ਨੇ ਉਹਨਾਂ ਨੂੰ ਦਿਖਾਲਦੇ ਨੇ ਕਦੋਂ ਦਾ ਗੁਰਦੁਆਰਾ ਬਣਿਆ ਐਕਸੈਕਟਰਾ ਅਤੇ ਸਿੱਖ ਧਰਮ ਬਾਰੇ ਪਤਾ ਲੱਗਦਾ ਉਹਨਾਂ ਨੂੰ ਜੀ 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 ਦਰਸ਼ਨ ਕਰਾਉਂਦੇ ਨੇ ਲੰਗਰ ਪਾਣੀ ਛੱਕ ਕੇ ਜਾਂਦੇ ਨੇ ਆਹ ਬਿਲਡਿੰਗ ਆ ਜਿਹਦੀ ਆਪਾਂ ਗੱਲ ਕਰਦੇ ਸੀ ਸਿਰਫ ਸਿਰਫ ਚਾਦਰਾਂ ਲਾ ਕੇ ਇਹ ਬਣਾਇਆ ਗਿਆ ਸੀਗਾ ਇਹਨਾਂ ਚਾਦਰਾਂ ਨੂੰ ਇੱਧਰਲੀ ਬੋਲੀ ਵਿੱਚ ਕੁਛ ਕਹਿੰਦੇ ਵੀ ਹੋ ਤੁਸੀਂ ਬਾਈ ਜੀ ਮੰਬਾਟੀਆਂ ਹਾਂ ਇਹ ਇੱਥੇ ਮੰਬਾਟੀਆਂ ਲਾਈਆਂ ਨੇ ਓਰੀਜਨਲ ਉਸ ਜ਼ਮਾਨੇ ਦੇ ਵਿੱਚ ਸਭ ਤੋਂ ਪਹਿਲੀ ਬਿਲਡਿੰਗ ਬਣੀ ਔਰ ਪੱਥਰ ਪੁੱਥਰ ਵਾਲੇ ਬਣੇ ਨਹੀਂ ਸੀ ਆਏ ਨਹੀਂ ਸੀ ਅਤੇ ਮੰਬਾਟੀਆਂ ਨੇ ਬਣੀ ਆ ਇਹ ਚੀਜ਼ ਚੇਂਜ ਨਹੀਂ ਹੋ ਸਕਦੀ ਓਰੀਜਨਲ ਬਿਲਡਿੰਗ ਦੀ ਸੋ ਮੇਨਟੇਨ ਕਰਕੇ ਰੱਖੀ ਗਈ ਹੈ ਅੱਗੇ ਹੈਗੇ ਲੰਗਰ ਘਰ ਠੀਕ ਹੈ ਜੀ ਹਾਂਜੀ ਹਾਂਜੀ ਇੱਥੇ ਲੈਫਟ ਦੇ ਉੱਪਰ ਅਕੋਮੋਡੇਸ਼ਨ ਹੈਗੀ ਹੈ ਅਤੇ ਇੱਥੇ ਸਤੁਰਾ ਦਾ ਇੱਥੇ ਰਹਿਣ ਲਈ ਕਮਰੇ ਹਾਂਜੀ ਰਹਿਣ ਦਾ ਕਮਰਾ ਹੈਗਾ ਹਾਂਜੀ ਕਮਰੇ ਹੈਗੇ ਨੇ ਠੀਕ ਹੈ ਜੀ ਆਹ ਲੰਗਰ ਇਹ ਸਾਡਾ ਲੰਗਰ ਹਾਲ ਹੈ ਇੱਥੇ ਇੱਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਲੰਗਰ ਹਾਲ ਇਹ ਛੋਟਾ ਜਿਹਾ ਹੁੰਦਾ ਸੀਗਾ ਫਿਰ ਟਾਈਮ ਦੇ ਨਾਲ ਉਹ ਪਾਪੂਲੇਸ਼ਨ ਸੰਗਤਾਂ ਦੇ ਵਧਣ ਦੇ ਨਾਲ ਵਾਧਾ ਪੀਕ ਕੀਤਾ ਗਿਆ ਹੈ ਅਤੇ ਬਾਕੀ ਅਤੇ ਬਾਬਾ ਜੀ ਜਿਹੜਾ ਸਾਊਥ ਸੀ ਦਾ ਗੁਰਦੁਆਰਾ ਸਾਹਿਬ ਆ ਹਾਂਜੀ ਉਹ ਵੀ ਨੇੜੇ ਹੀ ਇੱਥੋਂ ਹਾਂਜੀ ਨੇੜੇ ਹੀ ਇੱਥੋਂ ਬਹੁਤ ਦੂਰ ਨਹੀਂ ਹੈ ਹਾਂਜੀ ਹਾਂਜੀ ਅੱਛਾ ਹਾਂਜੀ ਉਹ ਫਿਰ ਉੱਥੇ ਪਲੋਟ ਲਿਆ ਸੀ ਇਹਨਾਂ ਗੁਰਦੁਆਰਾ ਸਾਹਿਬ ਨੇ ਉੱਥੇ ਪਲੋਟ ਲਿਆ ਸੰਗਤਾਂ ਜਾਸੀ ਹੋ ਗਈਆਂ ਜਿਹਦੇ ਫਿਰ ਮੂਵ ਹੋਣੀ ਸ਼ੁਰੂ ਹੋ ਗਏ ਸਾਊਥ ਸੀ ਦੇ ਵਿੱਚ ਹਾਂਜੀ ਜਾਸੀ ਅਤੇ ਉਹਦਾ ਫਿਰ ਜੋ ਸਾਊਥ ਸੀ ਸੀ ਉਹ ਪਲੋਟ ਲੈ ਕੇ ਉੱਥੇ ਫਿਰ ਗੁਰਦੁਆਰਾ ਸਾਹਿਬ ਉਦੋਂ ਕੀ ਬਣਿਆ ਨਹੀਂ ਆ ਸਾਊਥ ਸੀ ਹਾਂਜੀ 70 ਦੇ ਵਿੱਚ ਫਿਰ ਨਵਾਂ ਗੁਰਦੁਆਰਾ ਉੱਥੇ ਬਣਿਆ ਉਹਦੀ ਐਕਸਟੈਂਸ਼ਨ ਬਹੁਤ ਕੀਤੀ ਗਈ ਉਹ ਵੀ ਜੇ ਵੱਧ ਸੰਗਤ ਹੁੰਦੀ ਹੈ ਤਾਂ ਉੱਥੇ ਹਾਂਜੀ ਸਾਰੇ ਪਰ ਜਿੱਥੇ ਪ੍ਰੋਗਰਾਮ ਹੁੰਦੇ ਨੇ ਸੰਗਤ ਆਉਂਦੀ ਨੇ ਉੱਥੇ ਸੰਗਤ ਇੰਨੀ ਜਾਸੀ ਉੱਥੇ ਗੱਡੀਆਂ ਖੜ੍ਹੋ ਪਾਰਕਿੰਗ ਬਹੁਤ ਹੈਗੀ ਆ ਹਾਂਜੀ ਵਿਆਹ ਸ਼ਾਦੀਆਂ ਉੱਥੇ ਹੁੰਦੀਆਂ ਹਾਂਜੀ ਵਿਆਹ ਸ਼ਾਦੀਆਂ ਵਗੈਰਾ ਮੇਨ ਪ੍ਰੋਗਰਾਮ ਉੱਥੇ ਹੁੰਦੇ ਨੇ ਮੇਜਰ ਪ੍ਰੋਗਰਾਮਸ ਵਗੈਰਾ ਠੀਕ ਹੈ ਜੀ ਠੀਕ ਹੈ ਓਕੇ ਜੀ ਹਾਂਜੀ ਲਾਂਡੀਆ ਗੁਰਦੁਆਰੇ ਸਾਹਿਬ ਨੂੰ 2003 ਦੇ ਵਿੱਚ ਪੂਰਾ 100 ਸਾਲ ਹੋ ਗਿਆ ਸੀ ਬਣਿਆ ਅਤੇ 2003 ਦੇ ਵਿੱਚ ਇਹਨਾਂ ਨੇ 100 ਸਾਲਾਂ ਮਨਾਉਣ ਲਈ ਅਖੰਡ ਪਾਠ ਪ੍ਰਕਾਸ਼ ਕੀਤਾ ਅਤੇ ਫਿਰ ਲਗਾਤਾਰ ਲੜੀ ਚੱਲਦੀ ਰਹੀ ਅਤੇ 2003 ਤੋਂ ਬਾਅਦ ਹੁਣ 2024 'ਚ ਫਿਰਦੇ ਹਾਂ ਆਪਾਂ ਉਹ ਅਖੰਡ ਪਾਠ ਲਗਾਤਾਰ ਚੱਲ ਰਹੇ ਆ
भोग पाते प्रकाश करते हैं। सो सिख संगत सेवा करी जाने चल रहा काम। शाम के वेले नरोबी के यहोजे रंग बन जाते हैं, बोर्ड लगे हुए आ, मशहूरियां लगिया दस दियां ने कि शहर वड्डा इत्थे इहो जिहा कुछ हैगा, वड्डियां वड्डियां कंपनियां। मैं क्या मर्सिडीज़ का शोरूम जहाँ भी शायद मैं देखा सीगा इत्थे हैगा ना बाबा जी। तो मैं तो भाई हरदीप होनी इत्थे घूमने चले हाँ नेड़े तेड़े तुर फिर के। अंबैसियां भी ने यार बाबा जी, इथोपिया की अंबैसी जाना मैं, वो गूगल करके देखनी पैनी आपां नूं। अंबैसी ऑफ रिपब्लिक ऑफ सोमालिया, सोमालिया गुआंढी देश आ कीनिया का। चलिए बाबा जी, तुर फिर के घूमते हैं तो शहर के रंग अपन योजे दिसते हैं। ये शहर के बहुत सारे व्डे व्डे शॉपिंग मॉल बने हुए हैं, रेडिसन हयात एजेंसी वर्गे व्डे की कहते होंगे उन्होंने होटल वो बने हुए ने। ठीक है मॉल तुर के वेखण का आपका स्वाद आ। कैरीफोर बनया हुआ शॉपिंग कंपलैक्स जहाँ हों अरब देशों के देखा जी, व्डिया बिल्डिंग देखते हैं अपना सुनने के भी आया कि चाइना चाइना वर्गे देश इतने भी वीड्डी इन्वैसटमेंट कर रहे हैं। लांघे बने हुए आ, एक लोगों का यह भी हॉर्न घट मारते हैं, दूजा ये कि पैदल आए बंदे ये रुक भी जाते हैं, ये सियानी गल बाबा जी रुक जाओ अं गल कही बैठे वीडियो चुना। इतने एक थान तो दूजी थान जाने आ साधन वरत्या जाता, सैकल मैं इतने कढ़ता नहीं कि ट्रैफिक बहुत आ रिस्क आणू एवं पंगे लेने। तो मैं इन्हें बाई होने घूम रहा इतने तुरक फिर के वह मोटरसाइकिल, तो इन मोटरसाइकिल पहला दसिया ना बोडा बोडा कह देंगे टैक्सी में जी की पी की, तो तीन जने एक मोटरसाइकिल बह सकते हैं कोई समस्या नहीं। बाकी हैलमेट भी मैं वेख्या बहुत विरले टावे लोग पाते हैं इतने। ट्रैफिक कानून जे आप गल करिए भी हॉर्न नहीं मारते कला ये, बाकी इंडिया वगू धक्का मुक्की सारा कुछ चलता इस थान पर भी। पीकी पीकी पुलिस वाले चलान भी ना कर दे। आज बुढ़िया का जन्मदिन कल कल सीगा, आज आज वीरे जन्मदिन ओदा। मत्तू किथे जाना तुसी? आ निक्के निक्के चेहरे ने जेड़े अपन इथे मिलन लई आंदे आ। की नाम पुत तेरा? प्रनीत कौर। प्रनीत कौर, चलो जी आया नु भाई जी। थैंक यू भाई जी। तुसी पंजाब तो किथों? मैं जी अमृतसर तो। अमृतसर तो हाँ, ठीक है जी। इन्होंने भाई हमारे 13 साल हो गए इस मुल्क दे विच, बहुत सारे चेहरे मिलन आते हैं। धन्यवाद भैने जी आया नू। शहर रोबी के रंग वेखते वेखते बहुत सारे मित्रों नू मिल मिला के आप वापस उस थां ते पहुंचे गुरुद्वारा नानकसर के। मैं देखिया कुछ मित्र वेली यूट्यूब पर कमेंट करी बैठे ने, कहते कि तुसी थोड़ी जी पढ़ाई पढ़ुई करो, इन्ह चीज़ों सीखो कि किसी को बापू जी या अंकल नहीं कहीदा होंदा। सो मैं उन्होंने दसदा कि साढ़े जिते मैं रहना मालवे बठिंडे जिले खास करके बई कहा जाता, माझे च भाऊ कहा जाता सत्कार नाल, दुआबे वाल भाजी कहा जाता। ये शब्द बहुत प्यार वाले ने, जो आप 80 साल के बंदे संबोधन करना हो बापू तो सोहना शब्द कोई नहीं, आप बापू जी कह दें। बापू का शब्द देना उन्होंने जी की लड़ भी नहीं पैंती, चलो आप बापू जी कह के अगले बुला लीदा। जिहड़ा उम्र के 50-60 साल 50 साल का उन्होंने कह दिया बई जी आह गल ले आए हैं। ये बहुत सोहने शब्द ने, अड्डो वड्डी होंगे यार कई ऊँ यूट्यूब ए चंगी लगदियाँ गल्ला है ना, कोई इदू सोहने शब्द कोई है पंजाबी नहीं है। आप मिलते हैं कल कल की वीडियो इतने नेड़े तेड़े नरोबी के होर रंग देखते हैं, फिर हौली 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 आप अगे निकलेंगे। तो ये वीडियो रिकॉर्ड कर रहे हैं आप 30 अक्टूबर साल 2024। सत श्रीकाल बई जी सारियां नूं।